You are listening Radio Awaaz, Winnipeg's very own 24-hour station. Spread love, keep exploring Radio Awaaz. ਤੁਸੀਂ ਸੁਣ ਰਹੇ ਰੇਡੀਓ ਆਵਾਜ਼ ਵਿਨੀਪੈਗ ਦਾ 24 ਘੰਟੇ ਚੱਲਣ ਵਾਲਾ ਸਟੇਸ਼ਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਆ ਰੇਡੀਓ ਆਵਾਜ਼ .ca ਦੇ ਉੱਤੇ। ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਖਾਸ ਇੰਟਰਵਿਊ ਲੈ ਕੇ ਆਏ ਹਾਂ। ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਹਨ ਸਰਦਾਰ ਕਵੀ ਰਾਜ ਸਿੰਘ ਦੁਖੀ ਅਤੇ ਉਹਨਾਂ ਦੇ ਨਾਲ ਸਰਦਾਰ ਅਰਵਿੰਦਪਾਲ ਸਿੰਘ। ਤੁਸੀਂ ਸਾਰਿਆਂ ਨੇ ਗਦਰ ਲਹਿਰ ਬਾਰੇ ਤਾਂ ਬਹੁਤ ਸੁਣਿਆ ਪੜ੍ਹਿਆ ਹੋਊਗਾ। ਗਦਰ ਲਹਿਰ ਦੇ ਮੋਢੀ ਬਾਬਾ ਗੁਰਦਿੱਤਾ ਸਿੰਘ ਜੀ, ਬਾਬਾ ਸੋਹਣ ਸਿੰਘ ਪਕਨਾ ਜੀ ਅਤੇ ਉਹਨਾਂ ਦੇ ਨਾਲ ਸਨ ਗਦਰੀ ਬਾਬਾ ਭਾਈ ਮੁਨਸ਼ਾ ਸਿੰਘ ਦੁਖੀ ਜੀ। ਅੱਜ ਸਟੂਡੀਓ ਵਿੱਚ ਹਾਜ਼ਰ ਹਨ ਉਹਨਾਂ ਦੇ ਪਰਿਵਾਰ ਦੇ ਮੈਂਬਰ। ਅਸੀਂ ਇਸ ਇੰਟਰਵਿਊ ਦੁਆਰਾ ਉਹਨਾਂ ਨਾਲ ਗੱਲ ਕਰਾਂਗੇ ਅਤੇ ਬਹੁਤ ਹੀ ਇੱਕ ਦਿਲਚਸਪ ਗੱਲਾਂ ਗਦਰ ਲਹਿਰ ਬਾਰੇ ਅਤੇ ਭਾਈ ਮੁਨਸ਼ਾ ਸਿੰਘ ਦੁਖੀ ਜੀ ਬਾਰੇ, ਕਿੱਦਾਂ ਇਹ ਲਹਿਰ ਸ਼ੁਰੂ ਹੋਈ, ਕੀ ਇਹ ਲਹਿਰ ਦਾ ਸਾਰਾ ਪ੍ਰੋਸੈਸ ਰਿਹਾ ਅਤੇ ਕਿੱਥੇ ਜਾ ਕੇ ਇਹ ਲਹਿਰ ਮੁੱਕੀ। ਸ਼ੁਰੂਆਤ ਕਰਦੇ ਹਾਂ ਸਰਦਾਰ ਕਵੀ ਰਾਜ ਸਿੰਘ ਦੁਖੀ ਜੀ ਤੋਂ। ਇਹ ਭਾਈ ਮੁਨਸ਼ਾ ਸਿੰਘ ਦੁਖੀ ਜੀ ਦੇ ਛੋਟੇ ਬੇਟੇ ਹਨ। ਹਾਂਜੀ, ਮੇਰਾ ਨਾਂ ਕਵਿਰਾਜ ਸਿੰਘ ਦੁਖੀ ਆ। ਮੈਂ ਦੇਸ਼ ਭਗਤ ਕਲੀ ਬਾਬਾ ਬਾਬਾ ਮੁਨਸ਼ਾ ਸਿੰਘ ਦੁਖੀ ਦਾ ਛੋਟਾ ਲੜਕਾ। ਅਸੀਂ ਪੰਜ ਭੈਣ ਭਰਾ, ਫੈਮਿਲੀ 'ਚੋਂ ਸਭ ਤੋਂ ਛੋਟਾ ਮੈਂ ਹਾਂ। ਮੇਰੀ ਵੱਡੀ ਭੈਣ ਦਾ ਨਾਮ ਮਨਰਾਜ ਕੌਰ, ਛੋਟੀ ਦਾ ਕਵਿਰਾਜ ਕੌਰ, ਤੀਜੀ ਦਾ ਬਲਰਾਜ ਕੌਰ ਅਤੇ ਇੱਦਾਂ ਸਾਡੇ ਭਰਾਵਾਂ ਦੇ ਨਾਂ ਹਨ। ਵੱਡੇ ਭਰਾ ਦਾ ਨਾਮ ਮਨਰਾਜ ਸਿੰਘ ਅਤੇ ਛੋਟੇ ਦਾ ਨਾਂ ਕਵਿਰਾਜ ਸਿੰਘ। ਮੇਰਾ ਨਾਂ ਕਵਿਰਾਜ ਸਿੰਘ ਹੈ। ਅਸੀਂ ਆਪਣੇ ਬਾਪ ਦੀ ਕਮਾਈ ਦੇ ਨਾਲ ਚੱਲਦੇ ਹਾਂ। ਸਾਡਾ ਅਸਲੀ ਗੋਤ ਤਾਂ ਪੱਚੂ ਹੈ, ਪਰ ਮੇਰੇ ਡੈਡ ਰਾਈਟਰ ਸਨ ਅਤੇ ਉਹਨਾਂ ਦੇ ਗਦਰੀ ਬਾਬਿਆਂ ਨਾਲ ਪ੍ਰਾਊਡ ਹੋਣ ਕਰਕੇ ਅਸੀਂ ਉਹਨਾਂ ਦਾ ਨਾਂ ਦੁਖੀ ਆਪਣੇ ਸਰਨਾਮ ਨਾਲ ਜੋੜਦੇ ਹਾਂ। ਜਿਹੜੇ ਮੇਰੇ ਬਾਪ ਪੰਜ ਭੈਣ ਭਰਾ ਸਨ, ਸਭ ਤੋਂ ਵੱਡਾ ਬਾਬਾ ਸਿੰਘ ਪਾਲਾ ਸਿੰਘ ਫੇ ਮਿਡਲ 'ਚ, ਮੇਰੇ ਪਿਤਾ ਜੀ ਬਾਪੂ ਜੀ, ਦੈਨ ਛੋਟੇ ਭੋਰ ਸਿੰਘ ਅਤੇ ਦੌਲਤ ਸਿੰਘ ਸਨ। ਇਹਨਾਂ ਤੋਂ ਗਦਰ ਲਹਿਰ ਸਟਾਰਟ ਹੋਈ ਆ, ਮੇਰੇ ਤਾ ਜੀ ਨੇ ਸਟਾਰਟ ਕੀਤੀ। ਉਦੋਂ ਉਹਨਾਂ ਤੋਂ ਕਲਕੱਤਾ ਗਏ, ਫਿਰ ਜਾ ਕੇ ਕਲਕੱਤਾ ਰਹਿਣ ਲੱਗ ਪਏ। ਕਲਕੱਤਾ ਤੋਂ ਸਟਾਰਟ ਹੋਇਆ ਸਭ ਕੁਛ। ਦੈਨ ਵੈਨਕੂਵਰ ਆਏ BC ਦੇ ਵਿੱਚ ਜੀ। ਦੈਨ ਉੱਥੋਂ ਫਿਰ ਬਾਬਾ ਗੁਰਦਿੱਤਾ ਸਿੰਘ ਨੇ ਜਿਹੜਾ ਸ਼ਿਪ ਲਿਆ, ਉਹਦੇ ਨਾਲ ਫਿਰ ਸੋਹਣ ਸਿੰਘ ਪਕਣਾ ਵਰਗੇ ਹੋਰ ਸਾਥੀ 10 ਦੇ ਕਰੀਬ ਮੋਢੀ ਰਹੇ। ਇਹ ਵਿਕਟੋਰੀਆ BC ਦੇ ਵਿੱਚ ਗੁਰਦੁਆਰੇ ਤੋਂ ਸਟਾਰਟ ਹੋਇਆ। ਉੱਥੇ ਇਹਨੇ ਗ੍ਰੰਥੀ ਸੇਵਾ ਕੀਤੀ। ਦੈਨ ਲੋਕਸ਼ੋਪ ਕੇ ਸਰਗਰਮੀਆਂ ਜਿੰਨੀਆਂ ਵੀ ਸੀ ਉੱਥੋਂ ਬਣਾਈਆਂ ਜਾਂਦੀਆਂ ਸਨ ਜੀ। ਅਤੇ ਬਾਕੀ ਇੰਨੇ ਪੜ੍ਹੇ ਲਿਖੇ ਨਹੀਂ ਸੀ, ਪਰ 5 ਕਲਾਸਾਂ ਪੜ੍ਹੇ, ਪਰ ਅਮੈਰੀਕਨ ਟੋਨ 'ਚ ਹਮੇਸ਼ਾ ਬੋਲਦੇ ਸੀ। ਇੰਗਲਿਸ਼ ਇਹਨਾਂ ਦੀ ਬਹੁਤ ਹਾਈ ਸੀ। ਬਾਕੀ ਚੀਨੀ, ਜਪਾਨੀ, ਹੋਰ ਬੰਗਲਾ ਭਾਸ਼ਾ, ਹਵਨ ਭਾਸ਼ਾ ਸਾਰੀਆਂ ਜਾਣਦੇ ਸੀ। ਤਕਰੀਬਨ ਨੀ ਦੁਨੀਆਂ ਦਾ 2 ਵਾਰ ਚੱਕਰ ਲਗਾਇਆ। ਅਤੇ ਇਹਨਾਂ ਦੀ ਸ਼ੁਰੂ ਤੋਂ ਲਗਨ ਸੀ 1995 ਤੋਂ ਵੀ ਮੈਂ ਆਪਣੇ ਮੁਲਕ ਬਾਰੇ ਕੁਛ ਕਰਾਂ। ਉਦੋਂ ਹੀ ਲਗਨ ਲੱਗੀ ਤਾਂ ਦੈਨ ਕਲਕੱਤਾ ਚਲੇ ਗਿਆ। ਕਲਕੱਤਾ ਤੋਂ ਫਿਰ ਜਿੱਦਾਂ ਸਟਾਰਟ ਹੁੰਦਾ ਸੀ ਸੁਭਾਸ਼ ਚੰਦਰ ਬੋਸ ਵਗੈਰਾ ਸਾਰਾ ਕੁਛ, ਉੱਥੋਂ ਫਿਰ ਨਿਕਲਦੇ ਆ ਕੇ 1914 ਵਿੱਚ ਇੱਥੇ ਕੈਨੇਡਾ ਵਿੱਚ ਆਏ। ਦੈਨ ਮੈਨੂੰ ਇੰਨੀ ਜ਼ਿਆਦਾ ਹਿਸਟਰੀ ਪਤਾ ਨਹੀਂ, ਪਰ ਮੈਂ ਦੱਸ ਰਿਹਾ ਵੀ ਮੈਂ ਫੈਮਿਲੀ ਸਭ ਤੋਂ ਛੋਟਾ ਸੀ। ਮੇਰੀ ਜ਼ਿਆਦਾ ਵੱਡੀ ਭੈਣ ਮਨਰਾਜ ਕੌਰ, ਹੁਣ ਉਹ ਦੁਨੀਆਂ 'ਚ ਨਹੀਂ ਹੈ, ਤਾਂ ਉਹ ਜ਼ਿਆਦਾ ਸੀ। ਹੁਣ ਅਸੀਂ ਮੈਨੂੰ ਹੁਣ ਵੀ ਸੱਦਿਆ ਗਿਆ ਇੱਥੇ ਵੈਨਕੂਵਰ ਦੇ ਵਿੱਚ, ਕਿ ਹੁਣ ਸੋਹਣ ਸਿੰਘ ਪੁੰਨੀ ਇੱਕ ਨਵੀਂ ਬੁੱਕ ਲਿਖੀ ਆ ਕੈਨੇਡਾ ਦੇ ਗਦਰੀ ਜੋਧ ਦੇ, ਜਿਹਨਾਂ 'ਚ ਮੇਰੇ ਬਾਪ ਦਾ ਜ਼ਿਕਰ ਕੀਤਾ ਗਿਆ। ਅਤੇ ਮੈਨੂੰ ਬੁੱਕ ਉਹਨੇ ਲਾਸਟ ਵੀਕ ਦਿੱਤੀ ਆ, ਅਤੇ ਮੈਨੂੰ ਬਹੁਤ ਇੱਜ਼ਤ ਮਾਣ ਦਿੱਤਾ ਉਹਦੇ ਬਾਰੇ ਕੀ ਆਖੀਆਂ ਨੇ ਜੀ। 1905 'ਚ ਤੁਸੀਂ ਕਿਹਾ ਕਿ ਉਹਨਾਂ ਨੂੰ ਹਾਂਜੀ ਗਦਰ ਲਹਿਰ ਦਾ ਸ਼ੌਕ ਚੜਿਆ। ਹਾਂਜੀ, ਉਹਨਾਂ ਨੂੰ ਲੱਗਣ ਲੱਗੀ। ਉਹਨਾਂ ਦਾ ਜਨਮ
पहली जुलाई 1890 का है। ओके जी। जैसे 1905 उन्हें इदा ये दिल च धार लिया मैं ये काम करना अपने मुल्क, यानी कि उदो 15 साल 16 साल दे सी उस वेले। ठीक है जी। तो फिर उस तो बाद फिर मेरे ताया जी रहिंदे सी बंगाल दे विच। हाँ जी। उत्थे हो चले गए कलकत्ते चले गए। तो मेरे बाबा जी सूबेदार मेजर सी मिलिट्री दे विच। हाँ जी। तो वह फिर प्राउड सी पे उदा मैं बड़े घर रहा पे मैं, पर उन्हें होर कुछ छड़ के सिर्फ इस पासे शुरू हो गई। ठीक है जी। कलकत्ते विच थोड़ी प्लानिंग शुरू हुई है? कलकत्ते विच प्लानिंग शुरू हुई है। दैन मेरे ताज छोटे ताज बाला सिंह जी आए बाहर। हाँ जी। उहदे नाल फिर उत्थों उन्हें चिट्ठियां राही दस्सिया भी इत्थे तां इत्थों चल सकदा काम। सैन फ्रांसिस्को आए। हाँ जी। देखा भी इत्थों जाओ चलो। उन्हां तों फिर होर उन्हां नूं उत्साह मिलिया। ठीक है जी। ते जिद्दां भी हुण मैनूं घर दे भी सपोर्ट देण लग पए। हाँ जी। ते जड़ा मेन गदर लहर नूं जे आपां मन्नीए के जिथों शुरू हुई आ ओ वैंकूवर तों शुरू हुई आ। बीसी एक जे सही पुछो तां मैनूं जिथे तक मेरी नॉलेज आ एक गुरद्वारे तों रात वे सियाटल गुरद्वारा मशालां दी लैंग्वेज कम्युनिकेशन होया करदा सी। ठीक है जी। हाँ जी। हाँ जी। अरविंद पाल सिंह जी, तुसी इस सारे गदर लहर की शुरुआत ते थोड़ा होर चानना पाओगे? जिन्ने कि मैनू इन्हां दे बारे पता है ना, और स्पैशली क्योंकि मेरे मदर उन्हें माँ जी कहिंदे सी। माँ जी बाबा मुंशा सिंह दुखी जी दे सब तो वड्डे लड़की सी। हाँ जी। इन्हां दे सब भैणां भराउं सब तो वड्डे, ते उन्होंने हमेशा बापू जी दीआं गल्लां करी जाणियां दुखी साहब दीआं जी। असं भी सोच रहे कि बापू जी इन गल्ला करते हैं भी कौन है शख्सियत। हाँ जी। तो असली मेरा ख्याल कहानी मैं उदो समझ आई है जो मैं खुद इतने वैनकूवर गया हाँ, तो वैनकूवर की संगत ने उत्थे चुकया अखा दे पूरा। हाँ जी। और पूरा उत्थे जाके मैं अलग अलग जगह से इतिहासकार साहब लैके भी गए है मिस्टर पूनी। हाँ जी। और हुण क्योंकि यह जड़ियाँ चीज़ा है आप इंडियन फ्रीडम फाइटर्स के बारे तो बहुत चीज़ा जानते हैं, लेकिन जोड़े कैनेडियन या अमेरिकन जोड़े से उत्थे की लहर हुई सी। हाँ जी। वो बारे जी चीज़ है पूरी इन्होंने लिखी हुई है अपनी किताब कैनेडा गद्दी योद्धा में। और एक जी चीज़ मैं पॉइंट आउट करना चाहूँगा, एक्चुअली जी चीज़ शुरू हुई है युगांतर आश्रम तो। युगांतर आश्रम इन्हों का स्टार्टिंग पॉइंट से। हाँ जी। और उत्थों जोड़े ये सब जोड़े आए थे लाला हरदयाल या दुखी साहब ये उधरों जोड़े युगांतर आश्रम के एजेंट्स वागू जाने जाते हैं उस वक्त। ठीक है जी। ये जो पक्ष बड़ा अपना इतिहास इन्ना सामने नहीं आया हुआ। हाँ जी। ये युगांतर आश्रम ये कलकत्ता में है जी? हाँ जी। ओके जी। और ईवन जड़िया कुछ जड़िया ग्रंथ जिदा हुए आनंद माठिया जी उधर काफ़ी वधिया मन्ने जाते हैं बंगाली दे विच उड़िया दे विच। हाँ जी। उन्हां चीज़ां नाल ये काफ़ी प्रभावित सीगे। और शुरू तो तुसीं देखो इंडिया दे विच बंगाल ते पंजाब दा बड़ा तगड़ा कनैक्शन रहा है शुरू तो। बिल्कुल जी। और बंगालियां दा मोस्टली जिहड़े क्रांतिकारी होए आ या बंगाली आ ते इधरों अपने पंजाब दे हैगे आ। और इहदे विच हुण जिहड़ी ध्यान च रखण वाली गल इह आ अपने बंदे इत्थे आउणे दा शुरू हो गए सीगे 1880 च कैनेडा आउणे शुरू हो गए। हाँ जी। लेकिन उस वेले क्योंकि ब्रिटिश फोर्सिस दे पार्ट हुंदे सीगे अपने काफ़ी पंजाबी बंदे, वर्ल्ड वॉर्स भी लड़ियां हुई इन्हां ने साडे बंदिया जी जी, काफ़ी कैजुअलिटीज़ भी सही हुई हैं। और उन्होंने दौरान दे विच जिहड़े अपने पंजाबी बंदे सी वो अपने आप नूं ब्रिटिश दा बड़ा बड़े टॉर नाल फिरदे सीगे कि हाँ भी सानूं तां कोई टच नहीं कर सकदा असीं ब्रिटिश हैगे आ सबजैक्ट्स हैगे। हाँ जी। ते कैनेडा आए वैनकूवर उतरे तो इत्थों दे जिहड़े पब्लिक सी लोकल पब्लिक सी उन्होंने इन्हां नूं कुछ नहीं समझिया, क्या भी आ भी ये हिंदू कितों आ गए जी, उसले हिंदू कहिंदे सी सारे जिन्ने भी इंडियन बंदे आंदे सीगे जी। और इन्हों मतलब एकदम थर्ड क्लास ग्रेड का इन्होंने ट्रीटमेंट मिले उतो। फिर भी आते गए कुछ बंदे आए अपनी फैमिलीज इन्होंने नहीं लिया सकते उस वेले। हाँ जी। और फिर भी 1900 तो पहला करीब 500 बंदा इतने कैनेडा च आ चुका सी। और करद्या करद्या जो इन्होंने देखिया कि चलो ये चीज़ सैटलमेंट तो हो रही है लेकिन जो डिस्क्रिमिनेशन या रेसिजम जो है इन्ना परसिस्टेंट है वो वास्ते
ਉਹਦਾ ਕੋਈ ਇਹਨਾਂ ਨੂੰ ਕੋਈ ਚੀਜ਼ ਸਾਹਮਣੇ ਨਹੀਂ ਦੇਖਦੀ ਹੁੰਦੀ ਸੀ। ਹਾਂਜੀ, ਫਿਰ ਵੀ ਬੜੇ ਮਾਣ ਨਾਲ ਘੁੰਮਦੇ ਰਹਿੰਦੇ ਸੀ, ਨਹੀਂ ਜੀ ਅਸੀਂ ਫਿਰ ਵੀ ਬ੍ਰਿਟਿਸ਼ ਸਬਜੈਕਟਸ ਹੈਗੇ ਹਾਂ। ਜ਼ਿਆਦਾ ਅੱਖ ਇਹਨਾਂ ਦੀ ਖੋਲ੍ਹੀ ਹੈ ਪੰਜਾਬੀਆਂ ਦੇ। ਉਸ ਵੇਲੇ ਹੈਗੇ ਸੀ ਕ੍ਰਾਂਤੀਕਾਰੀ ਤਾਰਕ ਨਾਥ ਦਾਸ ਜੀ ਵੈਨਕੂਵਰ ਦੇ ਵਿੱਚ। ਉਹਨਾਂ ਨੇ ਕਿਹਾ ਵੀ ਤੁਸੀਂ ਸਿੱਖ ਹੈਗੇ ਹੋ, ਤੁਸੀਂ ਮਤਲਬ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਹੈਗੇ ਹੋ, ਔਰ ਦੂਜੇ ਪਾਸੇ ਇਹਨਾਂ ਦੇ ਅੰਗਰੇਜ਼ਾਂ ਦੇ ਥੱਲੇ ਬੈਠੇ ਹੋ ਜੀ, ਇਹ ਕੀ ਕਹਾਣੀ ਚੱਲਦੀ ਪਈ ਹੈ। ਤਾਂ ਉਹਨਾਂ ਨੇ ਦੱਸਿਆ ਕਿ ਹਾਂ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ, ਰਹਿਣਾ ਤੁਸੀਂ ਇਹਨਾਂ ਦੇ ਦਾਸ ਵਾਂਗੂ ਹੀ ਆ, ਨਹੀਂ ਗੁਲਾਮਾਂ ਵਾਂਗੂ ਹੀ ਆ, ਤੁਹਾਨੂੰ ਦੁਨੀਆਂ ਗੁਲਾਮ ਹੀ ਸਮਝਦੀ ਹੈ ਅੰਗਰੇਜ਼ਾਂ ਦੀ। ਅਤੇ ਜੇ ਤੁਹਾਨੂੰ ਆਪਣੀ ਆਈਡੈਂਟੀ ਅਲੱਗ ਚਾਹੀਦੀ ਹੈ ਆਈਡੈਂਟੀ, ਤਾਂ ਦੈਨ ਯੂ ਨੀਡ ਟੂ ਮੇਕ ਡੂ ਸਮਥਿੰਗ ਮੋਰ ਅਬਾਊਟ ਇਟ। ਤੋ ਇਹ ਜਿਹੜੇ ਬੰਗਾਲੀ ਕ੍ਰਾਂਤੀਕਾਰੀ ਤਾਰਕ ਨਾਥ ਦਾਸ ਸੀ, ਇਹਨਾਂ ਦਾ ਬਹੁਤ ਜ਼ਿਆਦਾ ਹੱਥ ਹੈ ਵੈਨਕੂਵਰ ਦੀ ਪੰਜਾਬੀ ਜਨਤਾ 'ਚ ਕ੍ਰਾਂਤੀਕਾਰੀ ਉਤਸ਼ਾਹ ਜਗਾਉਣ ਦਾ। ਓਕੇ ਜੀ, ਤੋ ਉਹ ਜਿਹੜੀਆਂ ਚੀਜ਼ਾਂ ਅੱਗੇ ਦੀ ਅੱਗੇ ਸ਼ੁਰੂ ਹੋਈਆਂ, ਨਾਲ ਦੀ ਨਾਲ ਦੋ ਧੜੇ ਬਣ ਗਏ ਵੈਨਕੂਵਰ ਦੇ ਵਿੱਚ ਹੀ। ਇੱਕ ਤਾਂ ਆਪਣੇ ਸਾਰੇ ਮੈਡਲ ਯੂਨੀਫਾਰਮ ਸਭ ਲੈ ਕੇ ਗਲੀਆਂ 'ਚ ਆ ਗਏ ਵੀ ਸਾੜ ਦੋ ਇਹਨਾਂ ਜੀ। ਦੂਜੇ ਪਾਸੇ ਜਿਹੜੇ ਦੂਜੇ ਹੋਰ ਸੀਗੇ ਉਹ ਕਹਿੰਦੇ ਨਹੀਂ, ਹਾਲੇ ਵੀ ਅਸੀਂ ਲੋਇਲ ਹੈਗੇ ਇਹਨਾਂ ਦੇ। ਓਕੇ, ਸੋ ਉਹ ਜਿਹੜਾ ਇੱਕ ਜਿਹੜਾ ਡਿਫਰੈਂਸ ਹੋਇਆ, ਅਤੇ ਨਾਲ ਦੀ ਨਾਲ ਜਦੋਂ 1914 'ਚ ਕਾਮਾਗਾਟਾ ਮਾਰੂ ਜਹਾਜ਼ ਆਇਆ, ਹਾਂਜੀ ਉਹਦਾ ਤੁਹਾਨੂੰ ਤਾਂ ਸਭ ਨੂੰ ਹਿਸਟਰੀ ਪਤਾ ਹੈ ਬਿਲਕੁਲ, ਕਿ ਇਹਨਾਂ ਦੇ ਉੱਤੇ ਉਹ ਤੋਪਾਂ ਵੀ ਲੈ ਆਉਂਦੀਆਂ ਇਹਨਾਂ ਨੇ, ਹਾਂ ਵੀ ਵਾਪਸ ਜਾਓ, ਰਾਈਟ, ਸਮੁੰਦਰ 'ਚੋਂ ਹੀ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਕੁਛ ਬੰਦੇ ਉੱਥੇ ਮਤਲਬ ਛਲਾਂਗ ਲਗਾ ਕੇ ਉੱਥੋਂ ਕੰਢੇ ਤੱਕ ਆ ਗਏ, ਕੁਛ ਬੰਦੇ ਉੱਥੋਂ ਨਿਕਲ ਕੇ ਵੀ ਆ ਗਏ ਜੀ, ਲੇਕਿਨ ਮੋਸਟਲੀ ਬੰਦੇ ਇਹਨਾਂ ਨੇ ਮਾਰੇ, ਵਾਪਸ ਮਾਰੇ ਅਤੇ ਭੇਜੇ। ਜਦੋਂ ਕਲਕੱਤੇ ਬਜਬਜ ਘਾਟ 'ਤੇ ਉੱਤਰੇ ਇਹ ਸਾਰੇ ਨੇ, ਜਦੋਂ ਜਹਾਜ਼ ਰੁਕਿਆ ਆ, ਹਾਂਜੀ, ਤਾਂ ਇਹ ਮਾਂ ਜੀ ਦੱਸਦੇ ਹਾਂ, ਇੰਸਪੈਕਟਰ ਸੁੱਖਾ ਸਿੰਘ ਇਹ ਉੱਥੋਂ, ਹਾਲਾਂਕਿ ਹੈ ਸਾਰੇ ਸਿੱਖ ਸੀਗੇ, ਲੇਕਿਨ ਕੁਛ ਬੰਦੇ ਅੰਗਰੇਜ਼ਾਂ ਦੇ ਨਾਲ ਸੀਗੇ, ਕੁਛ ਬੰਦੇ ਕ੍ਰਾਂਤੀਕਾਰੀ ਸੀ ਜੀ। ਔਰ ਇੰਸਪੈਕਟਰ ਸੁੱਖਾ ਸਿੰਘ ਨੇ ਆਉਂਦੇ ਸਾਰੇ ਬੰਦੇ ਉੱਥੋਂ ਆਪਣੇ ਮਤਲਬ ਕੈਦ 'ਚ ਲੈਣੇ ਸ਼ੁਰੂ ਕੀਤੇ, ਕੁਛ ਬੰਦੇ ਭੱਜ ਭਜਾ ਗਏ ਉੱਥੋਂ, ਅਤੇ ਨਾਨਾ ਜੀ ਵੀ ਉਹਨਾਂ ਦੇ ਵਿੱਚੋਂ, ਮਤਲਬ ਉਹਨਾਂ ਨੇ ਇੱਕ ਪਾਗਲ ਦਾ ਜਾਂ ਕੀ ਉਹਨੂੰ ਕਹਿੰਦੇ ਆ ਸਿਰਫੜੇ ਦਾ ਜਿੱਦਾਂ ਹੁੰਦਾ ਹੈ ਉੱਦਾਂ ਦਾ ਰੋਲ ਅਦਾ ਕੀਤਾ ਕਿ ਹਾਂ ਵੀ ਮੈਨੂੰ ਕੁਛ ਨਹੀਂ ਪਤਾ, ਮੈਨੂੰ ਨਹੀਂ ਪਤਾ ਇਹ ਕੌਣ ਹੈ, ਉੱਦਾਂ ਦੀ ਐਕਟਿੰਗ ਕਰਕੇ ਉੱਥੋਂ ਨਿਕਲ ਕੇ ਇਹ ਪੰਜਾਬ ਪਹੁੰਚ ਗਏ। ਠੀਕ ਹੈ ਜੀ, ਪੰਜਾਬ ਪਹੁੰਚਦੇ ਸਾਰ ਦੇਖਿਆ ਕਿ ਹਾਂ ਵੀ ਇਹਨਾਂ ਦੀ ਤਾਂ ਜੰਡਿਆਲੇ ਜਿਹੜੀ ਜ਼ਮੀਨ ਦੀ ਉਹਦੀ ਕੁੜਕੀ ਹੋਈ ਪਈ ਹੈ। ਹਾਂਜੀ, ਫਾਦਰ ਸਾਹਿਬ ਗੌਰਮੈਂਟ ਜੋਬ ਸੀਗੇ, ਔਰ ਸਿਰਫ ਇਹ ਕ੍ਰਾਂਤੀਕਾਰੀ ਲਾਈਨ ਸੀਗੇ, ਅਤੇ ਕਰਦਿਆਂ ਕਰਦਿਆਂ ਉਹ ਕਹਿੰਦੇ ਵੀ ਤਾਂ ਵੀ ਇੱਥੇ ਇੱਥੇ ਰਹਿਣਾ ਸੇਫ ਨਹੀਂ ਹੈ। ਤਾਂ ਇਹਨਾਂ ਬੇਸਿਕਲੀ ਆਪਣੇ ਘਰ ਜਾ ਕੇ ਵੀ ਇਹ ਆਪਣੇ ਘਰ ਨਹੀਂ ਜਾ ਪਾਏ ਸੀ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਹਾਂ ਇੱਕ ਚੀਜ਼ ਮੈਂ ਹੋਰ ਮੈਨਸ਼ਨ ਕਰਨਾ ਚਾਹੂੰਗਾ ਜਿਹੜੀ ਮੈਨੂੰ ਵੈਨਕੂਵਰ ਜਾ ਕੇ ਪਤਾ ਚੱਲੀ, ਕਿ ਭਾਈ ਮੁਨਸ਼ਾ ਸਿੰਘ ਦੁਖੀ ਜਿਹੜੇ ਹੈਗੇ ਸੀਗੇ, ਇਹਨਾਂ ਨੇ ਜਿੱਦਾਂ ਵੈਨਕੂਵਰ ਤੋਂ ਆਪਰੇਸ਼ਨ ਕੀਤੇ, ਲਾਲਾ ਹਰਦਿਆਲ ਨੇ ਸੈਨ ਫਰਾਂਸਿਸਕੋ ਤੋਂ ਕੀਤੇ ਹੈ, ਇਹਨਾਂ ਦਾ ਇੱਕ ਦੂਜਾ ਪਹਿਲੂ ਹੈ ਕਿ ਇਹਨਾਂ ਨੇ ਮੁਸਲਮਾਨ ਕਮਿਊਨਿਟੀ ਨੂੰ ਵੀ ਬਹੁਤ ਸਟਰੋਂਗ ਕੀਤਾ। ਇਹਨਾਂ ਦੀਆਂ ਬਹੁਤ ਸਾਰੀਆਂ ਆਈਡੈਂਟੀਟੀਜ਼ ਸੀ ਐਕਚੁਲੀ। ਹਾਂਜੀ, ਉੱਥੇ ਜਾ ਕੇ ਆਪਣੇ ਮੌਲਵੀ ਦੇ ਰੂਪ ਦੇ ਵਿੱਚ ਇਹਨਾਂ ਨੇ, ਇਹਨਾਂ ਦਾ ਨਾਮ ਅਬਦੁੱਲਾ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ ਜੀ, ਵੈਨਕੂਵਰ ਦੇ ਵਿੱਚ, ਵੈਨਕੂਵਰ ਦੇ ਵਿੱਚ ਮੁਨਸ਼ਾ ਸਿੰਘ ਦੁਖੀ, ਤੇ ਦੋਵੇਂ, ਕਿਉਂਕਿ ਹੁਣ ਦੋਵੇਂ ਕਮਿਊਨਿਟੀਜ਼ ਜਿਹੜੀਆਂ, ਕਹਿਣ ਤੋਂ ਮਤਲਬ ਹੈ ਕਿ ਚਾਹੇ ਜੋ ਵੀ ਇਹਨਾਂ ਦੀ ਐਜੂਕੇਸ਼ਨ ਸੀ, ਲੇਕਿਨ ਗੁਰਬਾਣੀ ਔਰ ਕੁਰਾਨ ਔਰ ਅਲੱਗ ਅਲੱਗ ਇਹਨਾਂ ਨੂੰ ਜਗ੍ਹਾ ਦੇ ਬਾਰੇ ਇੰਨੀ ਸਟਰੋਂਗ ਨੌਲੇਜ ਸੀ ਕਿ ਉਹਨਾਂ ਦੇ ਕਮਿਊਨਿਟੀ ਨੂੰ ਇਹ ਲੀਡ ਕਰਦੇ ਸੀ। ਸੋ ਅਗਰ ਕਿਸੇ ਮਸਜਿਦ ਦਾ ਮੌਲਵੀ ਅਗਰ ਤੁਸੀਂ ਦੇਖੋਗੇ, ਵੇਸ਼ਭੂਸ਼ਾ ਵੀ ਇਹਨਾਂ ਦੀ ਉੱਦਾਂ ਦੀ ਹੋ ਜਾਣੀ ਸੀਗੀ, ਕਹਿੰਦੇ ਕਿ ਹਾਂ ਵੀ ਆਪਣੇ ਸਿੰਘ ਬਾਣੀ 'ਚ ਹੈਗੇ ਤਾਂ ਉੱਥੇ ਜਾ ਕੇ ਪੂਰਾ ਉਹਨਾਂ ਦੀ ਕਟਿੰਗ ਜਾਂ ਜੋ ਵੀ ਹੈਗੇ ਸਭ ਉਸ ਹਿਸਾਬ ਨਾਲ। ਤਿੰਨ ਸਾਲ ਤੱਕ ਨਵਾਜ਼ ਪੜ੍ਹਾਉਂਦੇ ਰਹੇ ਮਸਜਿਦ ਦੇ ਵਿੱਚ, ਤਿੰਨ ਸਾਲ ਤੱਕ ਕੰਸਟੈਂਟ ਨਵਾਜ਼ ਪੜ੍ਹਾਈ ਨਹੀਂ ਹੋਣੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਤੱਥ ਤੁਸੀਂ ਇਸ ਇਹਦੇ 'ਚ ਦੇਖੋਗੇ ਇਹਨਾਂ ਦੀ ਜਿਹੜੀ ਜੀਵਨੀ ਹੈਗੀ ਹੈ, ਹਾਂਜੀ, ਦੈਟ ਮੇਕਸ ਇਟ ਈਵਨ ਮੋਰ ਇੰਟਰਸਟਿੰਗ। ਠੀਕ ਹੈ ਜੀ, ਕਿ ਸਾਨੂੰ ਤਾਂ ਆਪਣੇ ਧਰਮ ਦੇ ਬਾਰੇ, ਆਪਣੇ ਕਲਚਰ ਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ, ਦੂਜੇ ਬਾਰੇ ਤਾਂ ਬਿਲਕੁਲ ਹੀ ਨਹੀਂ ਹੁੰਦੀ। ਹਾਂਜੀ ਹਾਂਜੀ, ਸੋ ਜਿਵੇਂ ਮਾਮਾ ਜੀ ਨੇ ਦੱਸਿਆ ਕਿ 1 ਜੁਲਾਈ 1890 ਦਾ ਇਹਨਾਂ ਦਾ ਬਰਥ ਹੈਗਾ ਆ, ਜੰਡਿਆਲਾ ਮੰਝ ਕੀ ਪਿੰਡ ਹੈ, ਫਗਵਾੜੇ ਦੇ ਕੋਲ ਨਕੋਦਰ ਜਗ੍ਹਾ ਹੈ, ਔਰ ਅਤੇ ਨਕੋਦਰ ਦੇ ਕੋਲ ਜੰਡਿਆਲਾ ਮੰਝ ਕੀ ਹੈ, ਅਤੇ ਸਾਡਾ ਮਤਲਬ ਇਹਨਾਂ ਦਾ ਦੁਖੀ ਸਾਹਿਬ ਦਾ ਜਿਹੜਾ ਘਰ ਹੈ ਨਾ, ਉਹ ਉੱਥੋਂ ਦਾ ਪੇਰੈਂਟਸ ਉੱਥੋਂ ਜੱਦੀ ਪਿੰਡ ਸਾਡਾ ਜੰਡਿਆਲਾ ਮੰਝ ਕੀ ਹੈ। ਠੀਕ ਹੈ, ਉਹਦੇ ਬਾਅਦ ਫਿਰ ਜਦ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਇਹਨਾਂ ਨੇ ਜੂਹਬੰਦੀ ਕੀਤੀ ਕਿ ਤੁਸੀਂ ਪਿੰਡ ਨਹੀਂ ਜਾ ਸਕਦੇ, ਫਿਰ ਆਪਣੇ ਨਾਨਕੀ ਪਿੰਡ ਰੰਧਾਵਾ ਜਾਂ ਸੂਰਜਾ ਰੰਧਾਵਾ ਸੰਘ ਟੀਸਿਆਂ ਦੇ ਕੋਲ ਉੱਥੇ ਰਹੇ ਹਾਂ, ਮੇਰਾ ਵੀ ਜਨਮ ਉੱਥੇ ਦਾ ਦਿਸਦਾ। ਉਹ ਤੋਂ ਬਾਅਦ ਫਿਰ ਹੀ ਜਿੱਦਾਂ 3 ਸਾਲ ਤੱਕ ਇਹਦੀ ਆਪਣੇ ਕੇਸ ਕਟਾ ਰੱਖੇ, 3 ਸਾਲਾਂ ਬਾਅਦ ਫਿਰ ਮੁੜ ਕੇ ਹੀ ਨਹੀਂ ਦਾੜੀ ਕੇਸ ਰੱਖੇ ਰਫਲੀ 1910 ਦੇ ਵਿੱਚ, ਦੈਨ ਮੁੜ ਕੇ ਫਿਰ
उस वेले इहनां दा नां अब्दुल्ला सी, जिद्दां मुसलमान दे रूप दे विच अब्दुल्ला जान नाल जाणदे सी, मुसलमान है कि उस टाइम इह नमाज़ पढ़ाउंदे सी। एक किस मीडियम राही एक कैनेडा पहुंचे सी कलकत्ते तो? ਉਹਦੀ ਡਿਟੇਲ ਤਾਂ ਸ਼ਾਇਦ ਮੈਨੂੰ ਨਹੀਂ ਪਤਾ ਹੋਏਗੀ, ਲੇਕਿਨ ਮੈਨੂੰ ਪਤਾ ਕਿ ਇਹਨਾਂ ਦੇ ਕਈ ਸਾਰੇ ਪਾਸਪੋਰਟ ਹੈ ਸੀ ਔਰ ਪ੍ਰੋਬੇਬਲੀ ਇਹ ਵਾਇਆ ਜਪਾਨ ਆਏ ਜਾਂ ਵਾਇਆ ਜਪਾਨ, ਕਿਉਂਕਿ ਜਦੋਂ ਉਸ ਵੇਲੇ ਦੀਆਂ ਜਿਹੜੀਆਂ ਗਵਰਨਮੈਂਟ ਪਾਲਿਸੀ ਸੀਗੀਆਂ ਗਵਰਨਮੈਂਟ ਦੀਆਂ, ਹਾਂਜੀ, ਉਹਦੇ 'ਚ ਇੱਕ ਪਾਲਿਸੀ ਇਹ ਵੀ ਸੀ ਕਿ ਹਾਂ ਵੀ ਜਿਸ ਤੁਸੀਂ ਕੰਟਰੀ ਤੋਂ ਆ ਰਹੇ ਹੋ ਉੱਥੋਂ ਦੇ ਹੀ ਮੋਡ ਆਫ ਟਰਾਂਸਪੋਰਟੇਸ਼ਨ ਤੁਹਾਨੂੰ ਯੂਜ਼ ਕਰਨਾ ਪਏਗਾ। ਹਾਂਜੀ, ਇੱਕ ਜਿਹੜਾ ਮੈਂ ਸੁਣਿਆ ਸੀ ਉਹ ਇੱਦਾਂ ਸੀ ਕਿ ਰਾਹ ਵਿੱਚ ਕਿਤੇ ਵੀ ਸਟਾਪ ਨਹੀਂ ਹੋਣਾ ਚਾਹੀਦਾ, ਕੈਨੇਡਾ ਦੇ ਰੂਲਸ ਇਦਾਂ ਸੀ ਉਹਦੇ। ਰਾਈਟ, ਸੋ ਉਹੀ ਚੀਜ਼ ਜਿਸ ਕੰਟਰੀ ਤੋਂ ਸਟਾਰਟ ਕਰ ਰਹੇ ਹਾਂ ਟਰਾਂਸਪੋਰਟੇਸ਼ਨ ਮੋਡ ਉੱਥੋਂ ਹੀ ਸ਼ੁਰੂ ਹੋਣਾ ਚਾਹੀਦਾ, ਹਾਂਜੀ, ਵਿੱਚ ਕੋਈ ਸਟਾਪ ਨਹੀਂ ਹੋਣਾ ਚਾਹੀਦਾ, ਸਿੱਧਾ ਕੈਨੇਡਾ ਪਹੁੰਚਣਾ ਚਾਹੀਦਾ। ਠੀਕ ਹੈ ਜੀ, ਉਹ ਜਿਹੜੀ ਕੰਡੀਸ਼ਨ ਸੀ ਨਹੀਂ ਸੈਟਿਸਫਾਈ ਹੁੰਦੀ ਸੀਗੀ, ਸੋ ਇਸੇ ਕਰਕੇ ਜਿਹੜੇ ਬਾਬਾ ਗੁਰਜਤ ਸਿੰਘ ਸੀਗੇ, ਹਾਂਜੀ, ਉਹਨਾਂ ਨੇ ਆਪਣਾ ਮਤਲਬ ਜਿੱਦਾਂ ਆਪਾਂ ਕਹਿੰਦੇ ਚਾਰਟਰਸ਼ਿਪ ਲੈ ਕੇ, ਹਾਂਜੀ, ਕਿਰਾਇਆ ਦਿੰਦੇ ਸੀਗੇ ਉਹਦਾ, ਔਰ ਉਹ ਲੈ ਕੇ ਉਹਨਾਂ ਜਪਾਨ ਤੋਂ ਕੀਤਾ ਹੋਇਆ ਔਰ ਉਹਨਾਂ ਨੇ ਫਿਰ ਇੰਡੀਆ ਤੋਂ ਸਟਾਰਟ ਕੀਤਾ ਅਤੇ ਵਿਦਆਊਟ ਐਨੀ ਸਟੋਪ ਇੱਥੇ ਵੈਨਕੂਵਰ ਪੋਰਟ 'ਤੇ ਪਹੁੰਚੇ। ਠੀਕ ਹੈ ਜੀ, ਅਤੇ ਤੁਸੀਂ ਐਗਜੈਕਟ ਡੇਟ ਜਾਂ ਜੇ ਤੁਹਾਨੂੰ ਸਾਲ ਪਤਾ ਹੋਵੇ ਤਾਂ ਉਹਦੇ ਬਾਰੇ ਥੋੜ੍ਹਾ ਚਾਨਣਾ ਪਾ ਸਕਦੇ ਹਾਂ? ਹਾਂਜੀ, ਇਹ ਹੁਣ ਮੈਂ ਇਨਫੋਰਮੇਸ਼ਨ ਮੋਸਟਲੀ ਰੈਫਰ ਕਰ ਰਿਹਾ ਮਿਸਟਰ ਪੂਨੀ ਦੀ ਕਿਤਾਬ ਜਿਹੜੀ ਹੈਗੀ ਹੈ ਕੈਨੇਡਾ ਦੇ ਗਲਤੀ ਉਹਦੇ। ਹਾਂਜੀ, ਸੋ ਜਿਹੜੇ ਇਹਨਾਂ ਦੇ ਵੱਡੇ ਭਾਈ ਸਾਹਿਬ ਸੀਗੇ 1907 ਦੇ ਸ਼ੁਰੂ 'ਚ ਆ ਗਏ ਸੀ ਕੈਨੇਡਾ ਜੀ, ਔਰ ਮੋਸਟਲੀ ਉਹ ਦੱਸਿਆ ਕਰਦੇ ਸੀ ਬੈਕ ਹੋਮ ਕਿ ਹਾਂ ਵੀ ਦੇਖੋ ਕਿੰਨਾ ਸੋਹਣਾ ਹੈ ਕੈਨੇਡਾ ਅਮੈਰੀਕਾ ਐਂਡ ਆਲ, ਹਾਂਜੀ, ਔਰ ਇਸ ਕਰਕੇ ਜਿਹੜੇ ਉੱਥੋਂ ਦੇ ਬੰਦੇ ਸੀ ਉਹਨਾਂ ਦਾ ਵੀ ਬੜਾ ਮਨ ਕਰਦਾ ਸੀ ਕਿ ਹਾਂ ਵੀ ਜਾ ਕੇ ਦੇਖੀਏ। ਤਾਂ ਇਹਨਾਂ ਨੇ ਕਲਕੱਤੇ ਤੋਂ ਜਹਾਜ਼ ਫੜਿਆ 14 ਮਈ 1908 ਨੂੰ ਜੀ, ਉਸ ਜਹਾਜ਼ ਦਾ ਨਾਮ ਸੀ ਲਾਈਸੰਗ, ਹਾਂਜੀ, ਅਤੇ ਉਸ ਤੋਂ ਹੁੰਦਿਆਂ ਹੋਇਆ ਇਹ ਪੇਨਾਂਗ ਸਿੰਗਾਪੁਰ ਹੁੰਦੇ ਹੋਏ ਹਾਂਗਕਾਂਗ ਪਹੁੰਚੇ ਹੈ ਜੀ, ਅਤੇ ਇਹਨਾਂ ਨੂੰ ਪਤਾ ਲੱਗਿਆ ਕਿ ਹਾਂ ਵੀ ਜਿਹੜੇ ਉੱਥੋਂ ਦੇ ਬੰਦੇ ਪਹੁੰਚਦੇ ਆ ਹੈ ਨਾ ਸਾਨ ਫਰਾਂਸਿਸਕੋ ਪਹੁੰਚਦੇ ਆ, ਉਹਨਾਂ ਨਾਲ ਬੜਾ ਸਖ਼ਤ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੁੰਦਾ ਆ, ਕਾਫੀ ਸਟਰੋਂਗ ਹੁੰਦਾ ਆ ਜੀ, ਅਤੇ ਜਿਹੜੇ ਫੇਲ ਹੋ ਜਾਂਦੇ ਉਹਨੂੰ ਵਾਪਸ ਮੋੜ ਦਿੰਦੇ ਆ, ਅਤੇ ਲੇਕਿਨ ਜਿਹੜੇ ਹੋਨੋਲੂਲੂ ਤੋਂ ਹੋ ਕੇ ਜਾਂਦੇ ਆ ਉਹਨਾਂ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ, ਸੋ ਇਸ ਕਰਕੇ ਇਹਨਾਂ ਨੇ ਜਿਹੜੀ ਆਪਣੀ ਜਰਨੀ ਸੀਗੀ ਉਹ ਹਾਂਗਕਾਂਗ ਤੋਂ ਮਨਚੂਰੀਆ ਨਾਂ ਦਾ ਇੱਕ ਜਹਾਜ਼ ਫੜਿਆ, ਸ਼ੰਘਾਈ ਯੋਕੋਹਾਮਾ ਹੁੰਦੇ ਹੋਏ ਆਪ ਹੋਨੋਲੂਲੂ ਆ ਗਏ, ਇੱਥੇ ਆ ਕੇ ਕੰਮ ਕੀਤਾ ਇਹਨਾਂ ਨੇ ਔਰ ਹੋਨੋਲੂਲੂ ਦੀ ਪੁਲਿਸ ਨੇ ਇਹਨਾਂ ਨੂੰ ਉਹਨਾਂ ਨੂੰ ਸ਼ੱਕ ਪੈ ਗਿਆ ਇਹਨਾਂ 'ਤੇ ਕਿ ਹਾਂ ਵੀ ਇਹ ਕੁਛ ਐਕਟੀਵਿਟੀਜ਼ ਇਹਨਾਂ ਦੀਆਂ ਦਿਨੇ ਕੁਛ ਹੋਰ ਕਰਦੇ ਆ, ਰਾਤੀ ਕੁਛ ਹੋਰ ਕਰਦੇ ਆ, ਅਤੇ ਕੀ ਚੱਲਦਾ ਪਿਆ, ਅਤੇ ਐਨੀਵੇਜ਼ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਸ ਵੇਲੇ ਜਿਹੜੇ ਹੈਗੇ ਸੀਗੇ ਕ੍ਰਾਂਤੀਕਾਰੀ ਹੁਸੈਨ ਰਹੀਮ ਸਾਹਿਬ ਉਹਨਾਂ ਨੇ ਜ਼ਮਾਨਤ ਦੇ ਕੇ ਮੁਨਸ਼ਾ ਸਿੰਘ ਦੁਖੀ ਸਾਹਿਬ ਨੂੰ ਬਾਹਰ ਛੁਡਾਇਆ ਸੀ। ਇਹ ਹੋਨੋਲੂਲੂ ਵਿੱਚ ਵੀ ਇਹਨਾਂ ਦੀਆਂ ਗਦਰ ਲਹਿਰ ਦੀਆਂ ਮੀਟਿੰਗਾਂ ਚੱਲਦੀਆਂ ਰਹੀਆਂ ਸੀ? ਹਾਂਜੀ, ਇਹ ਜਿਹੜੀਆਂ ਚੀਜ਼ਾਂ ਕਿਉਂਕਿ ਇਹਨਾਂ ਦੇ ਅਲੱਗ ਅਲੱਗ ਜਗ੍ਹਾ 'ਤੇ ਸਟੋਪ ਬਣੇ ਹੋਏ ਆ, ਰਾਈਟ, ਹਾਂਜੀ, ਜਪਾਨ ਦੇ ਵਿੱਚ, ਚੀਨ ਦੇ ਵਿੱਚ, ਹਾਂਗਕਾਂਗ ਦੇ ਵਿੱਚ, ਹਰ ਜਗ੍ਹਾ ਇਹਨਾਂ ਦੇ ਅਲੱਗ ਅਲੱਗ ਓਪਰੇਸ਼ਨ ਚੱਲਦੇ ਹੁੰਦੇ ਸੀਗੇ, ਇਸੇ ਕਰਕੇ ਇਹਨਾਂ ਦਾ ਅਲੱਗ ਸਭ ਜਗ੍ਹਾ ਜੋ ਵੀ ਪਤਰੇ ਛਪਦੇ ਸੀ ਗਦਰ ਲਹਿਰ 'ਤੇ, ਹਾਂਜੀ, ਉਹ ਸਭ ਜਗ੍ਹਾ ਜਾਇਆ ਕਰਦੇ ਸੀ। ਠੀਕ ਹੈ ਜੀ, ਔਰ ਉਦੋਂ $250 ਦਾ ਜੁਰਮਾਨਾ ਭਰਿਆ ਹੁਸੈਨ ਰਹੀਮ ਸਾਹਿਬ ਨੇ ਇਹਨਾਂ ਨੂੰ ਛੁਡਾਉਣ ਵਾਸਤੇ ਜੀ, ਅਤੇ ਹੁਣ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਹੁਸੈਨ ਰਹੀਮ ਸਾਹਿਬ ਨੂੰ ਕਿ ਹਾਂ ਵੀ ਇਹ ਜੇ ਇੱਥੇ ਰਹੇ ਹੋਰ ਅਤੇ ਨਾਲਦਿਆਂ ਨੂੰ ਵੀ ਬਾਗੀ ਕਰ ਲੈਣਾ ਅਤੇ ਕਰਦਿਆਂ ਕਰਦੇ ਫਿਰ ਹੋਰ ਮੁਸ਼ਕਿਲ ਆ ਸਕਦੀ ਹੈ, ਹਾਂਜੀ, ਅਤੇ ਇਹਨਾਂ ਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਇੱਥੋਂ ਨਿਕਲ ਕੇ ਅੱਗੇ ਨਿਕਲ ਜਾਓ ਔਰ 1 ਜਨਵਰੀ 1910 ਨੂੰ ਇਹ ਸੈਨ ਫਰਾਂਸਿਸਕੋ ਪਹੁੰਚ ਗਏ ਫਿਰ ਜੀ, ਓਕੇ, ਔਰ ਹੁਸੈਨ ਰਹੀਮ ਆਪ ਵੀ ਚਲੇ ਗਏ 14 ਜਨਵਰੀ 1910 ਨੂੰ ਵੈਨਕੂਵਰ। ਔਰ ਹੁਣ ਇਹ 'ਚ ਬੜੀ ਸੋਹਣੀ ਗੱਲ ਆਉਂਦੀ ਪਈ ਹੈ ਕਿ ਹਾਲਾਂਕਿ ਉਦੋਂ ਕੈਲੀਫੋਰਨੀਆ ਜਾਂ ਇੱਧਰਲੇ ਪਾਸੇ ਗੱਡੀਆਂ ਦੀਆਂ ਜਿਹੜੀਆਂ ਲਾਈਨਾਂ ਉਸ ਵੇਲੇ ਵਿਛਾਉਂਦੇ ਹੁੰਦੇ ਸੀ ਉਹਨਾਂ ਦਾ ਕੰਮ ਬਹੁਤ ਚੱਲਦਾ ਪਿਆ ਸੀ, ਲੰਬਰ ਫੈਕਟਰੀ 'ਚ ਵੀ ਆਪਣੇ ਦੇਸ਼ ਭਗਤ ਬਹੁਤ ਕੰਮ ਕਰਦੇ ਸੀਗੇ, ਹਾਂਜੀ, ਤਾਂ ਉਸ ਵੇਲੇ ਜਿਹੜੇ ਜਿਹੜਾ ਸਟਾਫ ਸੀਗਾ ਮੁਸਲਮਾਨ ਸਟਾਫ ਦੇ ਨਾਲ ਇਹ ਉਹਨਾਂ ਦੇ ਇਮਾਮ ਬਣ ਗਏ, ਇਹਨਾਂ ਦਾ ਨਾਮ ਉਸ ਵੇਲੇ ਅਬਦੁੱਲਾ ਬਣ ਗਿਆ ਜੀ, ਅਤੇ ਇਹਨਾਂ ਨੂੰ ਅਬਦੁੱਲਾ ਨਾਮ ਨਾਲ ਜਾਣਿਆ ਜਾਂਦਾ ਸੀਗਾ, ਅਤੇ ਕੁਰਾਨ ਸ਼ਰੀਫ ਪੜ੍ਹਦੇ, ਨਮਾਜ਼ ਪੜ੍ਹਾਉਂਦੇ, ਅਤੇ ਬੇਸਿਕਲੀ ਕਹਿਣ ਤੋਂ ਮਤਲਬ ਹੈ ਕਿ ਇਹਨਾਂ ਦੀ ਜਿਹੜੀ ਨੌਲੇਜ ਹੈ ਜਾਂ ਜਿਹੜੀ ਇਹਨਾਂ ਦੀ ਪਰਸਨੈਲਿਟੀ ਹੈ ਜਿੱਥੇ ਵੀ ਜਾਂਦੇ ਸੀ ਆਪਣੇ ਆਪ ਨੂੰ ਪੂਰਾ ਅਡੈਪਟ ਕਰਕੇ ਉਹਨਾਂ ਦੇ ਨਾਲ ਹੀ ਇੱਕਮਿਕ ਹੋ ਜਾਂਦੇ ਸੀ। ਹਾਂਜੀ, ਐਂਡ ਫਿਰ ਅਗਲੀ ਜਿਹੜੀ ਡੇਟ ਆਉਂਦੀ ਹੈ ਕਿ ਮੁਨਸ਼ਾ ਸਿੰਘ ਦੁਖੀ ਹੋਣੀ 3 ਜਨਵਰੀ 1912 ਨੂੰ ਅਮਰੀਕਾ ਛੱਡ ਕੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਗਏ ਜੀ, ਔਰ ਇੱਥੇ ਇੱਕ ਫੈਕਟਰੀ ਹੈਗੀ ਹੈ ਸ਼ਾਹ ਵੈਲਸ ਸੈਸ਼ ਐਂਡ ਡੋਰ ਫੈਕਟਰੀ, ਇੱਥੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਉਦੋਂ ਜਿੱਦਾਂ ਆਪਣਾ ਪਤਾ ਕਿ ਐਬਰਟਸ ਫੋਰਡ ਦਾ ਗੁਰਦੁਆਰਾ ਉਦੋਂ 1908 ਵਿੱਚ ਬਣਨਾ ਸ਼ੁਰੂ ਹੋ ਗਿਆ ਸੀਗਾ, ਹਾਂਜੀ, ਔਰ ਉਹਦੇ ਉਸ ਗੁਰਦੁਆਰੇ ਦੇ ਤੋਂ ਹੀ ਇਹਨਾਂ ਦੀਆਂ ਜਿਹੜੀਆਂ ਮੇਨ ਗਦਰੀ ਐਕਟੀਵਿਟੀਜ਼ ਚੱਲਦੀਆਂ ਹੁੰਦੀਆਂ ਸੀ, ਜਿਹਨੇ ਇਹਨਾਂ ਨੇ ਜੋਬ ਕਰਨੀ
ਔਰ ਰਾਤ ਵੇਲੇ ਉੱਥੋਂ ਇਹਨਾਂ ਦੀਆਂ ਆਪਣੀਆਂ ਐਕਟੀਵਿਟੀਜ਼ ਚੱਲ ਰਹੀਆਂ ਸੀ। ਹਾਂਜੀ। ਔਰ ਅਪ੍ਰੈਲ 1913 'ਚ ਇਹਨਾਂ ਦੀ ਜਿਹੜੀ ਗਦਰ ਪਾਰਟੀ ਬਣਾਈ ਗਈ ਹੈ ਤਾਂ ਆਪਣੇ ਦੁਖੀ ਸਾਹਿਬ ਇਹਨਾਂ ਨੂੰ ਲੀਡ ਕਰ ਰਹੇ ਸੀਗੇ ਇੱਥੋਂ ਵੈਨਕੂਵਰ ਤੋਂ। ਹਾਂਜੀ। ਔਰ 1913 ਨਵੰਬਰ ਦੇ ਵਿੱਚ ਇਹਨਾਂ ਨੇ ਗਦਰ ਨਾਂ ਦਾ ਇੱਕ ਵੀਕਲੀ ਜਿਹੜਾ ਨਿਊਜ਼ ਪੇਪਰ ਸੀਗਾ ਉਹ ਕੱਢਣਾ ਸ਼ੁਰੂ ਕਰ ਦਿੱਤਾ। ਠੀਕ ਹੈ। ਹਰ ਹਫ਼ਤੇ ਇਹਨਾਂ ਨੇ ਕਵਿਤਾਵਾਂ ਲਿਖਣੀਆਂ ਔਰ ਉਹਦੇ 'ਚ ਸਭ ਤੋਂ ਵੱਡਾ ਹਿੱਸਾ ਇਹਨਾਂ ਦਾ ਦੁਖੀ ਸਾਹਿਬ ਦਾ ਹੀ ਹੋਇਆ ਕਰਦਾ ਸੀਗਾ। ਜੀ। ਇਹਨਾਂ ਦੀ ਜਿਹੜੀ ਹੁਣ ਕਹਿਣ ਨੂੰ ਹੁਣ ਜਿੱਦਾਂ ਮਾਜੀ ਦੱਸਦੇ ਹੁੰਦੇ ਸੀਗੇ ਕਿ ਜਦੋਂ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਵੀ ਹੋਈ ਹੈ ਅਤੇ ਉੱਥੋਂ ਦੀ ਸਰਕਾਰ ਨੇ ਇਹਨਾਂ ਨੂੰ ਐਸੇ ਸੈੱਲ ਵਿੱਚ ਕੈਦ ਕੀਤਾ ਹੁੰਦਾ ਸੀਗਾ ਵੀ 7 ਹੋਰ ਸੈੱਲ ਜਿਹੜੀ ਹੈਗੀਆਂ ਕੰਧਾਂ ਹੈਗੀਆਂ ਆ ਉੱਥੇ ਤੱਕ ਇਹਨਾਂ ਦੀ ਆਵਾਜ਼ ਨਾ ਆਏ ਅਤੇ ਅੱਗੇ ਲਾਈਟ ਵੀ ਨਾ ਆਵੇ ਕਿਉਂਕਿ ਉਹਨੂੰ ਸਰਕਾਰ ਨੂੰ ਇਹ ਡਰ ਹੁੰਦਾ ਸੀਗਾ ਕਿ ਹਾਂ ਵੀ ਅਗਰ ਦੁਖੀ ਦੀ ਆਵਾਜ਼ ਬਾਹਰ ਨਿਕਲ ਗਈ ਅਤੇ ਹੋਰ ਵੀ ਬੰਦੇ ਬਾਗੀ ਹੋ ਗਏ ਤਾਂ ਬਹੁਤ ਵੀ ਹੋਰ ਮੁਸ਼ਕਲ ਖੜੀ ਹੋ ਸਕਦੀ ਹੈ। ਚਲੋ ਉਸ ਵੇਲੇ ਆਪਣਾ ਇਹ ਕੰਮ ਸ਼ੁਰੂ ਹੋਇਆ ਕਿ ਇਹਨਾਂ ਨੇ 1914-23 July ਦਾ ਜਿਹੜਾ ਹੈ ਦਿਨ ਆਪਾਂ ਨੂੰ ਪਤਾ ਕਿ ਵੈਨਕੂਵਰ ਤੋਂ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀਗਾ ਕਾਮਾਗਾਟਾ ਮਾਰੂ ਜਹਾਜ਼ ਨੂੰ। ਹਾਂਜੀ। ਅਤੇ ਤੋਪਾਂ ਲਾਈਆਂ ਗਈਆਂ ਸੀਗੀਆਂ ਅਤੇ ਇਹਨਾਂ ਨੇ ਫਿਰ ਕਿਤਾਬ ਛਾਪੀ ਉੱਥੇ ਕਿ ਗਦਰ ਆਸ਼ਰਮ ਸਨ ਫਰਾਂਸਿਸਕੋ ਨੇ ਕਾਮਾਗਾਟਾ ਮਾਰੂ ਦੇ ਪੈਸੰਜਰ ਨਾਮ ਦੀ ਕਿਤਾਬ ਛਾਪੀ ਗਈ ਸੀ। ਹਾਂਜੀ। ਇਹ 'ਚ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗਾ ਕਿ ਜਿਹੜੀ ਇਹਨਾਂ ਨੂੰ ਮਾਣ ਪ੍ਰਾਪਤ ਹੈ ਦੁਖੀ ਸਾਹਿਬ ਨੂੰ ਕਿ ਜਿਹੜੀ ਪੰਜਾਬੀ 'ਚ ਸਭ ਤੋਂ ਪਹਿਲੀ ਕਵਿਤਾ ਸੋਰੀ ਬੁੱਕ ਛਪੀ ਸੀਗੀ। ਹਾਂਜੀ। ਕੈਨੇਡਾ ਦੀ। ਹਾਂਜੀ। ਦੁਸ਼ਮਣ ਦੀ ਖੋਜਪਾਲ ਇਹਨਾਂ ਦਾ ਕ੍ਰੈਡਿਟ ਇਹਨਾਂ ਨੂੰ ਹੀ ਹੈ। ਠੀਕ ਹੈ ਜੀ। ਸੋ 1914 ਜਦੋਂ ਕਾਮਾਗਾਟਾ ਮਾਰੂ ਜਹਾਜ਼ ਤਾਂ ਵਾਪਸ ਚਲਾ ਗਿਆ। ਹਾਂਜੀ। ਔਰ ਨਾਲ ਦੀ ਨਾਲ 4 August 1914 ਨੂੰ ਵਰਲਡ ਵਾਰ ਫਸਟ ਵੀ ਸ਼ੁਰੂ ਹੋ ਗਈ ਔਰ ਇਧਰੋਂ ਪੂਰਾ ਕਿਉਂਕਿ ਹੁਣ ਬ੍ਰਿਟਿਸ਼ ਜਿਹੜੇ ਰਾਜ ਹੈ ਉਹ ਆਲਰੇਡੀ ਪ੍ਰੋਬਲਮ 'ਚ ਫਸਿਆ ਹੋਇਆ ਹੁਣ ਜਿਹੜੇ ਬਾਕੀ ਕ੍ਰਾਂਤੀਕਾਰੀ ਸੀ ਉਹ ਵੀ ਸੋਚ ਰਹੇ ਕਿ ਹਾਂ ਵੀ ਅਸੀਂ ਕੀ ਕਰੀਏ। ਜੀ। ਅਤੇ ਉਹਨਾਂ ਨੇ ਆਪਣੇ ਜਿਹੜੇ ਗਦਰੀ ਜਿਹੜੇ ਬਾਬੇ ਸੀਗੇ ਇਕੱਠੇ ਹੋਏ ਮੀਟਿੰਗ ਕੀਤੀ ਇਹਨਾਂ ਨੇ ਵੀ ਹਾਂ ਵੀ ਵਾਪਸ ਦੇਸ਼ ਚੱਲੀਏ ਅਤੇ ਜਾ ਕੇ ਆਪਾਂ ਵੀ ਆਜ਼ਾਦ ਕਰੀਏ ਆਪਣੇ ਦੇਸ਼ ਨੂੰ। ਜੀ। ਬਹੁਤ ਕਾਹਲੀਆਂ ਸਭ ਨੇ ਕੀਤੀਆਂ ਇਹਦੇ ਵਿੱਚ। ਕਾਹਲੀ ਦਾ ਮਤਲਬ ਕਿ ਹਾਂ ਵੀ ਬਹੁਤ ਈਗਰ ਸੀ ਵਾਪਸ ਆਪਣੇ ਦੇਸ਼ ਜਾਣ ਨੂੰ। ਜੀ। ਕਿ ਹਾਂ ਵੀ ਖੁਸ਼ ਕਰੀਏ ਦੇਸ਼ ਲਈ। 6 August 1914 ਨੂੰ ਇਹ ਵਿਕਟੋਰੀਆ ਤੋਂ ਇਹਨਾਂ ਨੇ ਜਹਾਜ਼ ਫੜਿਆ ਐਮਪ੍ਰੈਸ ਆਫ ਰਸ਼ੀਆ ਅਤੇ ਇਹ ਲੈ ਕੇ ਗਏ ਆ ਆਪਣਾ ਭੇਸ ਵਟਾਇਆ ਆ ਅਤੇ CID ਰਿਪੋਰਟਾਂ ਪੂਰੀਆਂ ਪਹੁੰਚੀਆਂ ਹੋਈਆਂ ਸੀ ਕਿ ਹਾਂ ਵੀ ਵੈਨਕੂਵਰ ਤੋਂ ਇਹ ਗਦਰੀ ਬਾਬੇ ਆਏ ਹੋਏ ਆਪਣਾ ਅਸਲਾ ਲੈ ਕੇ ਆਏ ਹੋਏ ਆ ਅਤੇ ਐਨੀਵੇਜ਼ ਉੱਥੇ ਜਿੰਨੇ ਸੂਏ ਬੈਠੇ ਸੀਗੇ ਉਹਨਾਂ ਨੂੰ ਆਲਰੇਡੀ ਇਨਫੋਰਮੇਸ਼ਨ ਸੀਗੀ ਵੀ ਕਿਹੜੇ ਕਿਹੜੇ ਬੰਦੇ ਆ ਰਹੇ ਆ ਨਾਮਾਂ ਦੇ ਹਿਸਾਬ ਨਾਲ। ਹਾਂਜੀ। ਉਦੋਂ ਇਹਨਾਂ ਨੇ ਜਿੱਦਾਂ ਪਾਗਲ ਦੀ ਐਕਟਿੰਗ ਕਰਕੇ ਉੱਥੋਂ ਬਚ ਕੇ ਨਿਕਲ ਗਏ। ਠੀਕ ਹੈ ਜੀ। ਕਲਕੱਤੇ। ਹਾਂਜੀ ਇਹ ਕਲਕੱਤੇ ਜਹਾਜ਼ ਜਿਹੜਾ ਉਤਰਨਾ ਸੀਗਾ। ਠੀਕ ਹੈ ਜੀ। ਸੋ ਇਹ ਜਿਹੜੀਆਂ ਕੁਛ ਡੇਟਸ ਹੈਗੀਆਂ ਆ ਇਹ ਤੁਹਾਨੂੰ ਪੂਰੀ ਡਿਟੇਲ ਇਸੇ ਬੁੱਕ ਵਿੱਚ ਵੀ ਮਿਲ ਜਾਂਦੀ। ਹਾਂਜੀ ਬਿਲਕੁਲ। ਹਾਂਜੀ ਅਰਵਿੰਦਪਾਲ ਸਿੰਘ ਜੀ, ਅਸੀਂ ਹੁਣ ਜਾਣਨਾ ਚਾਹਾਂਗੇ ਗਦਰ ਲਹਿਰ ਦੇ ਜਿਹੜੇ ਬਿਲਕੁਲ ਹੀ ਸ਼ੁਰੂਆਤ ਦੇ ਦਿਨ ਸੀ ਉਹਨਾਂ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਊਗੀ? ਹਾਂਜੀ ਥੈਂਕ ਯੂ ਜੀ। ਹੁਣ ਮੈਂ ਫਿਰ ਉਹੀ ਸਰਦਾਰ ਸੋਹਣ ਸਿੰਘ ਪੂਨੀ ਦੀ ਕਿਤਾਬ ਨੂੰ ਰੈਫਰ ਕਰ ਰਿਹਾ, ਕਿਸੇ ਗੱਲ ਦਾ ਮੈਂ ਕ੍ਰੈਡਿਟ ਨਹੀਂ ਲੈ ਰਿਹਾ, ਸਭ ਕੁਛ ਉਹ 'ਚ ਦਰਜ ਹੈ ਉਹਨਾਂ ਦੀ ਕਿਤਾਬ। ਹਾਂਜੀ। ਕੈਨੇਡਾ ਦੇ ਗਦਰੀ ਯੋਧਿਆਂ 'ਚ ਅਤੇ ਇਹਦੇ 'ਚ ਜਦੋਂ ਕੈਨੇਡਾ ਆਏ ਸੀਗੇ, ਕੈਨੇਡਾ ਅਮੈਰੀਕਾ ਜਿਹੜੇ ਹਿੰਦੁਸਤਾਨ ਦੀ ਆਏ ਸੀ ਉਸ ਵੇਲੇ ਹਥਿਆਰਬੰਦ ਆਏ, ਇਹਨਾਂ ਦਾ ਬੜਾ ਜਜ਼ਬਾ ਸੀਗਾ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਆ ਅਤੇ 1913 'ਚ ਇਹਨਾਂ ਨੇ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਇਸ ਨਾਮ ਦੀ ਜਥੇਬੰਦੀ ਬਣਾਈ ਸੀ 1913 ਦੇ ਵਿੱਚ ਅਤੇ ਇਹਦਾ ਹੈੱਡਕੁਆਰਟਰ ਜਿਹੜਾ ਸੀ ਅਮੈਰੀਕਾ ਦੇ ਸੈਨ ਫਰਾਂਸਿਸਕੋ 'ਚ ਰੱਖਿਆ ਗਿਆ। ਠੀਕ ਹੈ ਜੀ। ਔਰ ਇਹ ਜੋ ਚੀਜ਼ ਬਣੀ ਹੈ ਇਹ 1857 ਦਾ ਜਿਹੜਾ ਗਦਰ ਹੋਇਆ ਸੀ ਉਹਦੀਆਂ ਲੀਹਾਂ 'ਤੇ ਚੱਲੀ ਇਹ ਚੀਜ਼ ਅਤੇ ਉਹਦਾ ਮਕਸਦ ਇਹੀ ਸੀਗਾ ਕਿ ਹਾਂ ਵੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਔਰ ਗਦਰ ਔਰ ਪੂਰਾ ਇਹ ਗਰਮ ਦਲ ਜਿਹੜਾ ਸੀ। ਹਾਂਜੀ। ਔਰ ਕਿਉਂਕਿ ਇਹ ਉਸ ਲੀਹਾਂ 'ਤੇ ਚੱਲਦੀ ਪਈ ਸੀ ਅਤੇ ਇਹਦਾ ਇਹ ਪਾਰਟੀ ਹੀ ਮਸ਼ਹੂਰ ਹੋ ਗਈ ਗਦਰ ਪਾਰਟੀ ਦੇ ਨਾਮ ਨਾਲ ਔਰ ਕੈਨੇਡਾ ਜਿਹੜੇ ਸੀਗੇ ਬੰਦੇ ਉਹ ਹਿੰਦੁਸਤਾਨੀ ਜਿਹੜੇ ਕੈਨੇਡਾ ਵਿੱਚ ਸੀਗੇ 1907 ਵਿੱਚ ਇਸ ਸੋਚ ਤੋਂ ਪ੍ਰਭਾਵਿਤ ਹੋਏ ਆ ਅਤੇ ਉਹਨਾਂ ਦੀ ਜ਼ਿਆਦਾ ਐਕਟੀਵਿਟੀ ਇਸ ਸਾਈਡ ਵਿੱਚ ਆਉਣੀ ਸ਼ੁਰੂ ਹੋ ਗਈ ਸੀਗੀ। ਜੀ। ਸੋ ਬੇਸਿਕਲੀ ਜਿਹੜਾ ਕੈਨੇਡਾ ਦਾ ਜਿਹੜਾ ਗਦਰ ਐਕਟੀਵਿਟੀਜ਼ ਦਾ ਜਿਹੜਾ ਧੁਰਾ ਸੀਗਾ ਉਹ ਵੈਨਕੂਵਰ ਸ਼ਹਿਰ ਸੀ। ਠੀਕ ਹੈ ਜੀ। ਅਤੇ ਪਹਿਲਾਂ ਆਪਾਂ ਗੱਲ ਕੀਤੀ ਜਦੋਂ ਗਦਰੀ ਬਾਬਾ ਭਾਈ ਮੁਨਸ਼ਾ ਸਿੰਘ ਦੁਖੀ ਜੀ ਭਾਰਤ ਵਾਪਸ ਆ ਗਏ। ਹਾਂਜੀ। ਉਸ ਤੋਂ ਬਾਅਦ ਭਾਰਤ ਵਿੱਚ ਕਿੱਦਾਂ ਉਹਨਾਂ ਨੇ ਗਦਰ ਲਹਿਰ ਜਿਹੜੀ ਜਿਹਦੀ ਸ਼ੁਰੂਆਤ ਵੈਨਕੂਵਰ ਵਿੱਚ ਆਲਰੇਡੀ ਹੋ ਚੁੱਕੀ ਸੀ ਉਹਨੂੰ ਕਿੱਦਾਂ ਭਾਰਤ ਵਿੱਚ ਅੱਗੇ ਵਧਾਇਆ, ਕਿੱਦਾਂ ਉੱਥੋਂ ਦੇ ਲੋਕਾਂ ਤੱਕ ਪਹੁੰਚਾਇਆ? ਹੁਣ ਹੋਇਆ ਇਹ ਕਿ ਜਦੋਂ ਵਾਪਸ ਆਏ ਆ ਤੁਹਾਨੂੰ ਦੱਸਿਆ ਕਿ ਕਾਮਾਗਾਟਾ ਮਾਰੂ ਜਹਾਜ਼ ਵਾਪਸ ਆ ਗਿਆ ਔਰ ਜਿਹੜੇ ਕੈਨੇਡਾ ਦੇ ਯੋਧੇ ਸੀਗੇ ਇਹਨਾਂ ਨੂੰ ਕਾਫੀ ਰੋਸ ਸੀਗਾ
ਕਿ ਹਾਂ ਵੀ ਇਹ ਸਭ ਕੁਛ ਕੀ ਹੋ ਰਿਹਾ। ਅਸੀਂ ਤਾਂ ਸੋਚਿਆ ਸੀਗਾ ਕਿ ਸਾਡੀ ਫੇਵਰ 'ਚ ਹੀ ਇਹ ਸਭ ਬ੍ਰਿਟਿਸ਼ ਲੋਕ। ਹਾਂਜੀ। ਔਰ ਲੇਕਿਨ ਜਦੋਂ ਇਹਨਾਂ ਨੂੰ ਸਮਝ ਆਈ ਕਿ ਨਹੀਂ ਐਸੀ ਗੱਲ ਨਹੀਂ ਹੈ, ਹਾਲੇ ਵੀ ਕਿਉਂਕਿ ਗੁਲਾਮ ਦੇਸ਼ ਦੇ ਅਸੀਂ ਹੈਗੇ ਹਾਂ, ਸਾਨੂੰ ਵੀ ਗੁਲਾਮਾਂ ਦਾ ਹੀ ਟ੍ਰੀਟਮੈਂਟ ਮਿਲੇਗਾ ਜਿੱਥੇ ਵੀ ਅਸੀਂ ਜਾਓਗੇ। ਇਸ ਲਈ ਸਾਡਾ ਜਿਹੜਾ ਮਕਸਦ ਹੋਏਗਾ ਕਿ ਹਾਂ ਵੀ ਅਸੀਂ ਆਪਣੇ ਆਪ ਨੂੰ ਪਹਿਲਾਂ ਆਜ਼ਾਦ ਕਰਾਈਏ, ਆਜ਼ਾਦ ਦੇਸ਼ ਦੇ ਹੋਵਾਂਗੇ ਤਾਂ ਹੀ ਸਾਨੂੰ ਆਜ਼ਾਦ ਸਿਟੀਜ਼ਨ ਦੇ ਫਾਰਮ 'ਚ ਮਿਲੇਗਾ, ਰਿਸਪੈਕਟ ਮਿਲੇਗਾ ਜੀ। ਵਾਪਸ ਗਏ ਆ ਅਤੇ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ 1914 ਦੇ ਵਿੱਚ 6 ਅਗਸਤ ਨੂੰ ਇਹਨਾਂ ਨੇ ਐਮਪ੍ਰੈਸ ਆਫ ਰਸ਼ੀਆ 'ਚ ਵਾਪਸ ਗਏ ਆ। ਹਾਂਜੀ। ਉੱਥੇ ਇਹਨਾਂ ਨੇ ਜਦੋਂ ਸਰਫੇ ਦਾ ਆਪਣਾ ਭੇਸ ਬਦਲ ਕੇ ਆਪਣਾ ਉੱਥੋਂ ਬਚ ਕੇ ਨਿਕਲੇ ਆ ਜੀ, ਅਤੇ ਅੱਗੇ ਦੀ ਅੱਗੇ ਇਹਨਾਂ ਨੂੰ ਫਸਾਇਆ ਗਿਆ 1918 ਦੇ ਵਿੱਚ ਹਜ਼ਾਰੀਬਾਗ ਜੇਲ੍ਹ, ਉੱਥੇ ਇਹਨਾਂ ਨੂੰ ਕੈਦ ਕੀਤਾ ਗਿਆ। ਓਕੇ। ਔਰ ਜਿਹੜਾ ਲਾਹੌਰ ਕੌਂਸਪੀਰੇਸੀ ਕੇਸ ਸੀਗਾ ਉਹਦੇ ਵਿੱਚ ਵੀ ਉਹ ਜਿਹੜੀ ਪੂਰੀ ਲਿਸਟ ਹੈਗੀ ਹੈ ਉਹ ਵੀ ਆਪਣੇ ਕੋਲ ਅਵੇਲੇਬਲ ਹੈ, ਅਤੇ ਉਹਦੇ ਵਿੱਚ ਵੀ ਤੁਸੀਂ ਇਹਨਾਂ ਦਾ ਨਾਮ ਦੇਖਿਆ ਜਾ ਸਕਦਾ, ਦੇਖ ਸਕਦੇ ਹੋ ਜੀ। ਔਰ ਕਈਆਂ ਨੂੰ ਫਾਂਸੀਆਂ ਹੋਈਆਂ, ਕਈਆਂ ਨੂੰ ਉਮਰ ਕੈਦਾਂ ਹੋਈਆਂ, ਕਾਲੇ ਪਾਣੀ ਦੀ ਸਜ਼ਾ ਹੋਈ ਹੈ। ਔਰ ਮੋਸਟਲੀ ਜਿਹੜੇ ਸੀਗੇ ਹਜ਼ਾਰੀਬਾਗ ਜੇਲ੍ਹ ਦੇ ਵਿੱਚ 1918 ਦੇ ਵਿੱਚ 18 ਗਦਰੀ ਉੱਥੋਂ ਦਾ ਜੇਲ੍ਹ ਤੋੜ ਕੇ ਭੱਜ ਗਏ ਸੀਗੇ ਜੀ, ਔਰ ਕੁਛ ਹਾਲੇ ਵੀ ਉਹ 'ਚ ਕੋਠੀਆਂ 'ਚ ਬੰਦ ਰਹਿ ਗਏ ਸੀਗੇ। ਮੋਸਟਲੀ ਜਿਹੜਾ ਟਾਈਮ ਜਿਹੜਾ ਜਦੋਂ ਇੰਡੀਆ ਆਏ ਆ, ਹਜ਼ਾਰੀਬਾਗ ਵਿੱਚ ਲਾਹੌਰ ਕੌਂਸਪੀਰੇਸੀ ਕੇਸ ਜਿਹੜਾ ਲਾਹੌਰ ਦੇ ਵਿੱਚ ਸੀਗੇ ਰਹੇ। ਹਾਂਜੀ। ਔਰ ਪੰਜਾਬ ਆਪਣੇ ਘਰ ਤੋਂ ਬਹੁਤਾ ਨਹੀਂ ਜਾ ਪਾਏ, ਹਾਲਾਂਕਿ ਉਹਨਾਂ ਦੀ ਮੈਰਿਜ ਸਾਡੇ ਨਾਨੀ ਜੀ ਰਾਜ ਕੌਰ, ਮਿਸਿਜ਼ ਰਾਜ ਕੌਰ। ਹਾਂਜੀ। ਔਰ ਹੁਣ ਇਹ ਇੱਕ ਥੋੜ੍ਹਾ ਜਿਹਾ ਮੈਂ ਇਸ ਆਸਪੈਕਟ ਚੈੱਕ ਕਰਨਾ ਚਾਹੂੰਗਾ ਜੀ, ਜਿਹੜੇ ਸਾਡੇ ਨਾਨੀ ਜੀ ਸੀਗੇ ਇਹਨਾਂ ਇਹ ਵੀ ਐਕਚੁਲੀ ਗਦਰੀ ਸੀ, ਇਨਕਲਾਬੀ ਸੀ ਜੀ। ਔਰ ਜਦੋਂ ਇਹ ਕਲਕੱਤੇ ਮਿਲੇ ਆ, ਕਿਉਂਕਿ ਦੋਵੇਂ ਸੇਮ ਖਿਆਲਾਤਾਂ ਦੇ ਮਿਲੇ ਸੀਗੇ। ਹਾਂਜੀ। ਔਰ ਉਸ ਤੋਂ ਬਾਅਦ ਇਕੱਠੇ ਆਏ ਆ ਪੰਜਾਬ, ਇਹਨਾਂ ਨੇ ਸੂਰਜਾ ਰੰਧਾਵਾ 'ਚ ਆਪਣਾ ਘਰ ਬਣਾਇਆ 1927 ਦੇ ਵਿੱਚ ਜਿਹੜਾ, ਔਰ ਉਸ ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਅੱਗੇ ਕੰਟੀਨਿਊ ਹੋਈਆਂ, ਲੇਕਿਨ ਇਹ ਫੈਮਿਲੀ ਦੇ ਨਾਲ ਜ਼ਿਆਦਾ ਮਤਲਬ ਘਰ ਨਹੀਂ ਜ਼ਿਆਦਾ ਆ ਪਾਏ ਉੱਥੇ। ਬੱਚਿਆਂ ਨੂੰ ਕਿਹੜੇ ਜ਼ਿਲ੍ਹੇ ਵਿੱਚ ਪਿੰਡ ਹੈ ਜੀ, ਜ਼ਰੂਰ ਦੱਸੋ। ਇਹ ਹੈ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ। ਠੀਕ ਹੈ ਜੀ। ਜਲੰਧਰ ਦੇ ਕੋਲ, ਜਲੰਧਰ ਦੇ ਵਿੱਚ ਗੁਰਾਇਆ ਸ਼ਹਿਰ ਹੈ। ਹਾਂਜੀ। ਗੁਰਾਇਆ ਤੋਂ ਸੰਘ ਢੇਸੀਆਂ ਅਤੇ ਸੂਜਾ ਰੰਧਾਵਾ ਪਿੰਡ ਆਉਂਦੇ। ਠੀਕ ਹੈ ਜੀ। ਸੋ ਜਦੋਂ ਵਾਪਸ ਆ ਤਾਂ ਗਏ ਆ, ਲੇਕਿਨ 1947 ਤੋਂ ਬਾਅਦ ਹੀ ਮੈਂ ਕਹੂੰਗਾ ਕਿ ਹਾਂ ਬਈ ਇਹ ਆਪਣੇ ਐਕਚੁਅਲ ਰੰਧਾਵੇ ਘਰ ਰਹਿਣਾ ਸ਼ੁਰੂ ਕੀਤੇ ਆ। ਹਾਂਜੀ। ਉਹ ਵੀ ਰਹਿਣਾ ਸ਼ੁਰੂ ਨਹੀਂ ਕੀਤੇ ਕਿਉਂਕਿ ਇਹਨਾਂ ਦਾ ਮੋਸਟਲੀ ਟਾਈਮ ਸੀਗਾ ਇਹਨਾਂ ਨੇ ਨੈਰੋਬੀ ਚਲੇ ਜਾਣਾ ਜਾਂ ਕੈਨੇਡਾ ਦੇ ਦੌਰੇ ਚਲੇ ਗਏ। ਸੋ ਬੇਸਿਕਲੀ ਜਿਹਨਾਂ ਸ਼ਹਿਰਾਂ 'ਚ ਪਹਿਲਾਂ ਗਏ ਸੀਗੇ ਆਜ਼ਾਦੀ ਤੋਂ ਪਹਿਲਾਂ 1947 ਤੋਂ ਪਹਿਲਾਂ ਜੀ, ਉਹਨਾਂ ਸਾਰਿਆਂ ਜਗ੍ਹਾ ਦਾ ਇਹਨਾਂ ਨੇ ਫਿਰ ਦੁਬਾਰਾ ਦੌਰਾ ਕੀਤਾ 1947 ਤੋਂ ਬਾਅਦ। ਠੀਕ ਹੈ ਜੀ। ਨੈਰੋਬੀ, ਹੋਨੋਲੂਲੂ, ਸ਼ੰਘਾਈ, ਵੈਨਕੂਵਰ, ਵਿਕਟੋਰੀਆ, ਐਬਰਟਸਫੋਰਡ, ਸੈਨ ਫਰਾਂਸਿਸਕੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਗ੍ਹਾ ਜਿਹੜੀਆਂ ਹੈਗੀਆਂ, ਉਹਨਾਂ ਨੂੰ ਵਿਜ਼ਿਟ ਕੀਤਾ, ਲੋਕਾਂ ਨੇ ਫਿਰ ਪਛਾਣਿਆ, ਸਨਮਾਨਿਆ, ਇਹ ਫਿਰ ਵਾਪਸ ਆਏ। ਔਰ ਆਪਣੀ ਵੱਡੀ ਬੇਟੀ ਜਿਹੜੀ ਮੇਰੇ ਮਦਰ ਜਿਹੜੇ ਸੀ ਮਾਜੀ ਮਿਸਿਸ ਮਨਰਾਜ ਕੌਰ ਫਗਵਾੜੇ, ਉਹਨਾਂ ਦੇ ਘਰ ਆਖਰੀ ਸਮੇਂ ਤੱਕ ਉੱਥੇ ਗਏ ਸੀ। ਠੀਕ ਹੈ ਜੀ। ਅਤੇ ਗਦਰ ਲਹਿਰ ਜਦੋਂ ਭਾਰਤ ਵਿੱਚ ਆਪਣੀ ਪੂਰੀ ਜਵਾਨੀ 'ਤੇ ਸੀ, ਉਸ ਟਾਈਮ ਦੌਰਾਨ ਇੱਧਰ ਭਗਤ ਸਿੰਘ ਹੁਣਾਂ ਦੀ ਜਿਹੜੀ ਇਨਕਲਾਬੀ ਲਹਿਰ ਸੀ ਉਹ ਵੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਸੀ, ਇਹਨਾਂ ਨਾਲ ਕੋਈ ਕਨੈਕਸ਼ਨ ਜੁੜਦਾ ਹੈ ਭਾਈ ਮੁਨਸ਼ਾ ਸਿੰਘ ਦੁਖੀ ਜੀ ਦਾ? ਹਾਂਜੀ। ਆਪਣੇ ਕਰਤਾਰ ਸਿੰਘ ਸਰਾਭਾ ਜੀ ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਐਕਚੁਲੀ, ਹਾਂਜੀ ਹਾਂਜੀ, ਸ਼ਹੀਦ ਭਗਤ ਸਿੰਘ ਜੀ ਜਿਹੜੇ ਇਹਨਾਂ ਦੇ ਸ਼ਹੀਦ ਭਗਤ ਸਿੰਘ ਦੇ ਫਾਦਰ ਔਰ ਚਾਚਾ ਜੀ ਸੀਗੇ ਔਰ ਦੁਖੀ ਸਾਹਿਬ ਸੀਗੇ, ਇਹ ਬੜੇ ਕਲੋਜ਼ਲੀ ਕਨੈਕਟਿਡ ਇਹਨਾਂ ਦੇ ਓਪਰੇਸ਼ਨਸ ਹੁੰਦੇ ਸੀਗੇ ਜੀ। ਔਰ ਇਹਦੇ 'ਚ ਕੋਈ ਅਤੀ ਕਥਨੀ ਨਹੀਂ ਹੋਏਗੀ ਕਿ ਜਿਹੜੇ ਇਹ ਯੰਗ ਬੱਚੇ ਸੀਗੇ ਸ਼ਹੀਦ ਭਗਤ ਸਿੰਘ ਹੁਣੀ, ਇਹ ਆਪਣੇ ਜਿਹੜੇ ਸੀਨੀਅਰਸ, ਆਈ ਮੀਨ ਜਿੱਦਾਂ ਆਪਣੇ ਫਾਦਰ ਸਾਹਿਬ ਜਾਂ ਚਾਚਾ ਜੀ ਜਾਂ ਦੁਖੀ ਸਾਹਿਬ, ਇਹਨਾਂ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਸੀਗੇ ਕਿਉਂਕਿ ਇਹਨਾਂ ਦੀ ਪੂਰੀ ਇਨਕਲਾਬੀ ਸੋਚ ਸੀ। ਬਿਲਕੁਲ। ਉਹਦਾ ਇੱਕ ਮੈਂ ਥੋੜ੍ਹਾ ਜਿਹਾ ਤੁਹਾਨੂੰ ਇੱਕ ਕਵਿਤਾ ਇੱਥੇ ਲਿਖੀ ਹੋਈ ਹੈ, ਮੈਂ ਪੜ੍ਹ ਰਿਹਾ ਕਿ ਜਦੋਂ ਹਜ਼ਾਰੀਬਾਗ ਜੇਲ੍ਹ ਦੇ ਵਿੱਚ ਇਹ ਸੀਗੇ ਤਾਂ ਇਹਨਾਂ ਦੇ ਮਾਤਾ ਜੀ ਬੜੇ ਫਿਕਰ ਕਰਦੇ ਸੀਗੇ, ਤਾਂ ਉਹਨਾਂ ਨੇ ਲਿਖਿਆ, ਤੁਧ ਨਾ ਮਾਤਾ ਜੀ ਫਿਕਰ ਕਰਨਾ ਐਵੇਂ ਝੋਨਾ ਨਾ ਡੁੱਲੇ ਬੇਰਾਂ ਦੇ ਲਈ, ਕੌਣ ਪੁੱਛਦਾ ਅੰਮੀਏ ਗਿੱਦੜਾਂ ਨੂੰ, ਅਕਸਰ ਪਿੰਜੜੇ ਬਣੇ ਨੇ ਸ਼ੇਰਾਂ ਦੇ ਲਈ। ਸੋ ਇੱਦਾਂ ਦੀ ਕਵਿਤਾ ਲਿਖ ਕੇ ਇਹਨਾਂ ਨੇ ਆਪਣੇ ਪੇਰੈਂਟਸ ਨੂੰ ਵੀ ਅੱਛੇ ਮੋਰਲ ਦੇ ਵਿੱਚ ਰੱਖਿਆ, ਮੋਰਲ ਸਪੋਰਟ ਜਿਹੜੀ ਹੈ। ਹੋਰ ਚੀਜ਼ ਆ ਜਾਂਦੀ ਹੈ ਕਿ ਨਾਲੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਾਡਾ ਤਾਂ ਇਤਿਹਾਸ ਹੀ ਸਾਰਾ ਸ਼ਹੀਦਾਂ ਨਾਲ ਭਰਿਆ ਪਿਆ ਜੀ, ਰਾਈਟ, ਜੇ ਮੈਂ ਵੀ ਇੱਕ ਨਿਕਲ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਉਹਦੇ ਵਿੱਚ। ਕਹਿੰਦੇ ਹੈ, ਖੌਫ ਨਾ ਮਾਤਾ ਕਰ ਇੱਕ ਰੱਤੀ, ਪੁੱਤਰ ਨਹੀਂ ਤੇਰਾ ਘਬਰਾਉਣ ਵਾਲਾ, ਭਾਵੇਂ ਲੱਖ ਮੁਸੀਬਤਾਂ ਆਉਣ ਅੱਗੇ, ਨਹੀਂ ਲਾਡਲਾ ਚਿੱਤ ਉਦਰਾਉਣ ਵਾਲਾ, ਪਈਆਂ ਜ਼ੁਲਮ ਅੰਧੇਰੀਆਂ ਵਗਣ ਸਿਰ 'ਤੇ, ਲਾਲ ਨਹੀਂ ਜੇ ਰੰਗ ਬਦਲਾਉਣ ਵਾਲਾ,
ਪੁਰਜੇ ਸੀਸ ਹੋਵੇ ਰੱਤ ਰਹੇ ਨਾ ਹੀ ਦੁਖੀ ਕਦੇ ਨਾ ਹੌਸਲਾ ਢਾਣ ਵਾਲਾ। ਬਿਲਕੁਲ ਜੀ, ਬਹੁਤ ਕਿੰਨਾ ਬੁਲੰਦ ਹੌਸਲਾ ਸੀ ਉਹਨਾਂ ਦਾ, ਜੇਲ੍ਹ ਦੇ ਵਿੱਚ ਰਹਿ ਕੇ ਇਹ ਕਵਿਤਾ ਲਿਖੀ ਉਹਨਾਂ ਨੇ। ਹਾਂਜੀ, ਅਤੇ ਇਹਦੇ 'ਚ ਇੱਕ ਹੋਰ ਉਹ ਚੀਜ਼ ਸ਼ਾਇਦ ਇਹਦੇ 'ਚ ਮੈਨੂੰ ਲਿਖੀ ਨਹੀਂ ਹੈ, ਲੇਕਿਨ ਉਹਦਾ ਮੈਨੂੰ ਥੋੜ੍ਹਾ ਆਈਡੀਆ ਹੈ ਕਿ ਜਿਹੜੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਸੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸੀ, ਹੈ ਨਾ, ਅਤੇ ਉਹ ਜਦੋਂ ਉਹ ਜੇਲ੍ਹ ਵਿੱਚ ਬੰਦ ਸੀ, ਇਹ ਵੀ ਉਸੇ ਜੇਲ੍ਹ ਵਿੱਚ ਹੀ ਸੀਗੇ, ਔਰ ਇਹਨਾਂ ਨੇ ਸੇਵਾ ਲਈ ਕਿ ਹਾਂ ਵੀ ਅਸੀਂ ਤੁਹਾਡੇ ਜਿਹੜੇ ਕੱਪੜੇ ਹੈ ਨਾ, ਉਹ ਵੀ ਅਸੀਂ ਤੁਹਾਡੀ ਉਸ ਕੱਪੜੇ ਸਾਫ ਕਰਨ ਦੀ ਸੇਵਾ ਦੇਈਏ ਜੀ। ਅਤੇ ਗਏ ਇਹਨਾਂ ਨੇ ਆਪਣੀ ਚੌਪਈ ਦੇ ਵਿੱਚ ਚੌਪਈ ਲਿਖੀ ਔਰ ਭਾਈ ਸਾਹਿਬ ਜੀ ਨੂੰ ਸੁਣਾਈ ਕਿ ਹਾਂ ਵੀ ਇਹ ਅਸੀਂ ਤੁਹਾਡੇ ਤੋਂ ਸੇਵਾ ਲੈਣੀ ਚਾਹੁੰਦੇ ਹਾਂ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀ ਨਿਮਰਤਾ ਹੈ ਔਰ ਜੋ ਇਹਨਾਂ ਦਾ ਹੌਸਲਾ ਬੁਲੰਦ ਵਾਲੀਆਂ ਚੀਜ਼ਾਂ ਹੈ, ਇਹ ਚੀਜ਼ਾਂ ਬੜਾ ਅੱਛਾ ਸੁਮੇਲ ਹੈ, ਮੈਂ ਤਾਂ ਇਹੀ ਕਹਿ ਸਕਦਾ ਜੀ ਆਪਣੀ ਛੋਟੀ ਸਮਝ ਦੇ ਹਿਸਾਬ ਨਾਲ। ਕਾਫੀ ਇਹਨਾਂ ਨੇ ਕਿਤਾਬਾਂ ਲਿਖੀਆਂ ਔਰ ਕਾਫੀ ਪ੍ਰੈਸਿਸ ਮੈਗਜ਼ੀਨਸ ਵੀ ਹੈਗੀਆਂ ਇਹਨਾਂ ਦੀਆਂ, ਔਰ ਉਹਨਾਂ ਦੇ ਜਿਹੜੇ ਸੈਂਪਲਸ ਉਹ ਹਾਲੇ ਵੀ ਮੇਰੇ ਕੋਲ ਪਰਸਨਲ ਲੈਵਲ 'ਤੇ ਮੇਰੇ ਕੋਲ ਅਵੇਲੇਬਲ ਹੈਗੇ ਆ ਜੀ। ਇਹਨਾਂ ਦੀਆਂ ਹੱਥ ਲਿਖਤਾਂ ਵੀ ਮੇਰੇ ਕੋਲ ਅਵੇਲੇਬਲ ਹੈ, ਅਤੇ ਕਈ ਵਾਰੀ ਦੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਮੈਂ ਦਿਖਾ ਰਿਹਾ ਸੀ ਮਾਮਾ ਜੀ ਨੂੰ ਪਿਛਲੇ ਰਾਤ ਕਿ ਬਾਬਾ ਸੋਹਣ ਸਿੰਘ ਭਕਨਾ ਦੀ ਰਾਈਟਿੰਗ ਹੈ ਜਾਂ ਤਨੀ ਰਾਮ ਚਾਤ੍ਰਿਕ ਜੀ ਦੀ ਰਾਈਟਿੰਗ ਹੈ, ਪ੍ਰਤਾਪ ਸਿੰਘ ਕੈਰੋਂ ਜੀ ਹੈ ਜਾਂ ਜਿਹਨਾਂ ਸਾਧੂ ਸਿੰਘ ਹਮਦਰਦ ਹੈ, ਔਰ ਜਿਹੜੇ ਅੱਛੇ ਮੰਨੇ ਪਰਮੰਨੇ ਬੰਦੇ ਹੈ, ਇਹ ਜਦੋਂ ਸੂਰਜ ਰੰਧਾਵੇ ਘਰ ਆਉਂਦੇ ਆ ਔਰ ਇਹਨਾਂ ਨਾਲ ਵਿਚਾਰ ਵਟਾਂਦਰਾ ਹੁੰਦਾ ਉੱਥੇ ਰਹਿ ਕੇ ਜਾਂਦੇ ਆ, ਅਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਹਾਂ ਵੀ ਕਿੰਨੀ ਮਹਾਨ ਸ਼ਖਸੀਅਤ ਰਹੇ ਹੋਣਗੇ ਜਿੰਨੇ ਗੱਤੀ ਬਾਬੇ ਹੈਗੇ, ਇਕੱਲੇ ਹੀ ਨਹੀਂ ਸਾਰਿਆਂ ਦੀ ਆਪਣੀ ਆਪਣੀ ਜਿਹੜੀ ਹੈ ਐਗਜ਼ਿਸਟੈਂਸ ਹੈ। ਸੋ ਬੜਾ ਅੱਛਾ ਲੱਗਦਾ ਇਹ ਚੀਜ਼ਾਂ, ਹੈ ਨਾ, ਜਿਹੜੇ ਲੋਕ ਇਸ ਚੀਜ਼ ਨੂੰ ਵੈਲਿਊ ਰੱਖਦੇ ਆ ਉਹਨਾਂ ਵਾਸਤੇ ਤਾਂ ਇਹ ਖਜ਼ਾਨਾ ਹੀ ਹੈ। ਮੈਂ ਤਾਂ ਕਈ ਵਾਰੀ ਇਹੀ ਸੋਚਦਾ ਹੁੰਦਾ ਕਿ ਮੇਰਾ ਜਿਹੜਾ ਖਜ਼ਾਨਾ ਇਹੀ ਹੈ ਜੋ ਮੈਂ ਉੱਥੋਂ ਫਰਵਾੜੇ ਤੋਂ ਫੋਟੋਜ਼ ਲੈ ਕੇ ਆਇਆ ਹੋਇਆ ਜੀ, ਜਾਂ ਉਹਨਾਂ ਦੀ ਹੱਥ ਲਿਖਤਾਂ ਲਿਆਇਆ ਹੋਇਆ, ਮੇਰੀ ਲਾਈਫ ਦੀ ਜਿਹੜੀ ਹੈਗੀ ਆ ਪੂੰਜੀ ਜਿਹੜੀ ਉਹ ਚੀਜ਼ ਹੈ ਜੀ। ਅਤੇ ਜੇ ਆਪਾਂ ਭਾਰਤ ਦੀ ਆਜ਼ਾਦੀ ਦੀ ਗੱਲ ਕਰੀਏ, 1947 ਵਿੱਚ ਆਜ਼ਾਦੀ ਮਿਲੀ, ਗਦਰ ਪਾਰਟੀ ਦਾ ਐਂਡ ਤੱਕ ਰੋਲ ਰਿਹਾ ਕਿ ਕਿੰਨੇ ਸਾਲਾਂ ਤੱਕ ਇਹ ਭਾਰਤ ਵਿੱਚ ਬਾਅਦ ਚੋਂ ਇਹ ਲਹਿਰ ਚੱਲੀ? ਉਹਦੇ ਬਾਰੇ ਮੈਨੂੰ ਮੇਰੇ ਖਿਆਲ ਆਮ ਨਾਟ ਰਾਈਟ ਪਰਸਨ ਟੂ ਕਮੈਂਟ ਔਨ, ਠੀਕ ਹੈ, ਮੈਨੂੰ ਉਹਦੇ ਬਾਰੇ ਨਹੀਂ ਜ਼ਿਆਦਾ ਪਤਾ। ਠੀਕ ਹੈ, ਇਹ ਫਿਰ ਵੀ ਇਹ ਤੁਹਾਨੂੰ ਕਿੱਥੋਂ ਤੱਕ ਨੌਲੇਜ ਆ ਕਿ ਕਿੰਨੇ ਸਾਲ ਤੱਕ ਇਹ ਇੰਡੀਆ ਵਿੱਚ ਇਹ ਲਹਿਰ ਓਪਰੇਟ ਕਰਦੀ ਰਹੀ? ਲਾਈਕ ਆਈ ਸੈਡ, ਮੈਨੂੰ ਜ਼ਿਆਦਾ ਇਹਦੇ ਬਾਰੇ ਨਹੀਂ ਪਤਾ। ਠੀਕ ਹੈ ਜੀ, ਆਪਾਂ ਜਾਣਕਾਰੀ ਹੋਰ ਇਹਦੇ ਬਾਰੇ ਪ੍ਰਾਪਤ ਕਰਕੇ ਆਪਣੇ ਜਿਹੜੇ ਸੁਣ ਰਹੇ ਆ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ। ਲੇਕਿਨ ਮੈਂ ਇਹਦਾ ਆਨਸਰ ਲੱਭ ਕੇ ਫਿਰ ਤੁਹਾਨੂੰ ਫਾਰਵਰਡ ਕਰ ਦਾਂਗਾ, ਜੋ ਕਿ ਤੁਸੀਂ ਆਡੀਅੰਸ ਨਾਲ ਸ਼ੇਅਰ ਕਰ ਸਕਦੇ। ਜ਼ਰੂਰ ਜੀ, ਜ਼ਰੂਰ, ਧੰਨਵਾਦ ਜੀ। ਅਤੇ ਜੇ ਆਪਾਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਤਾਂ ਗਦਰ ਲਹਿਰ ਦੇ ਜਿੰਨੇ ਵੀ ਮੋਢੀ ਸਨ ਜਾਂ ਗਦਰ ਲਹਿਰ ਦੇ ਮੈਂਬਰ, ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਭਾਰਤ ਦੀ ਸਰਕਾਰ ਵੱਲੋਂ? ਭਾਰਤ ਸਰਕਾਰ ਨੇ ਆਪਣੇ ਉਦੋਂ ਅੱਛੇ ਕਦਮ ਚੁੱਕੇ ਹੋਣਗੇ ਜੀ, ਲੇਕਿਨ ਜਿੰਨੀ ਉਹਨਾਂ ਦੀ ਕੁਰਬਾਨੀ ਹੈ ਸੀ ਗਦਰੀ ਬਾਬਿਆਂ ਦੀ, ਸ਼ਾਇਦ ਉਹਦਾ ਤਾਂ ਆਪਾਂ ਕਦੇ ਵੀ ਦੇਣਾ ਨਹੀਂ ਦੇ ਸਕਦੇ। ਬਿਲਕੁਲ ਜੀ, ਹੁਣ ਐਗਜ਼ਾਮਪਲ ਵਜੋਂ ਮੈਂ ਦੇਖਿਆ ਸੀਗਾ ਕੁਛ ਸਮੇਂ ਪਹਿਲਾਂ ਸ਼ਹੀਦ ਊਧਮ ਸਿੰਘ ਦੇ ਜਿਹੜੇ ਹੈਗੇ ਸੀ ਫੈਮਿਲੀ ਦੇ ਬੰਦੇ, ਹਾਂਜੀ, ਉਹ ਮਜ਼ਦੂਰੀ ਕਰ ਰਹੇ ਸੀ ਜੀ ਜੀ, ਉਹਨਾਂ ਕੋਲ ਰੋਟੀ ਖਾਣ ਵਾਸਤੇ ਵੀ ਕੁਛ ਨਹੀਂ ਸੀਗਾ। ਹਰ ਬੰਦਾ ਆਪਣੀ ਕਿਸਮਤ ਲੈ ਕੇ ਆਉਂਦਾ, ਦੈਟਸ ਅ ਡਿਫਰੈਂਟ ਸਟੋਰੀ। ਹਾਂਜੀ, ਲੇਕਿਨ ਉਹ ਜੋ ਪੈਨਸ਼ਨਾਂ ਮਿਲਦੀਆਂ ਆ ਉਹ ਪੂਰੇ ਪਰਿਵਾਰ ਨੂੰ ਚਲਾਉਣ ਵਾਸਤੇ ਸਫੀਸ਼ੈਂਟ ਨਹੀਂ ਹੈ, ਤੋ ਇਸ ਕਰਕੇ ਉਹ ਠੀਕ ਹੈ, ਉਹ ਚੀਜ਼ਾਂ ਆਈਆਂ, ਲੇਕਿਨ ਉਹਦਾ ਜਿਹੜਾ ਬੈਨੀਫਿਟ ਜਿੰਨਾ ਮਿਲਣਾ ਚਾਹੀਦਾ ਹੁੰਦਾ ਹੈ ਕਿਸੇ ਫੈਮਿਲੀ ਨੂੰ, ਉਹ ਚੀਜ਼ ਨਹੀਂ ਹੋਈ ਔਰ ਇਹਨਾਂ ਨੇ ਐਕਸੈਪਟ ਵੀ ਨਹੀਂ ਉਹ ਚੀਜ਼ਾਂ ਕੀਤੀਆਂ, ਔਰ ਇਹਨਾਂ ਦਾ ਆਪਣਾ ਪਰਸਨਲ ਡਿਸੀਜਨ ਸੀ। ਠੀਕ ਹੈ, ਕਈਆਂ ਨੇ ਐਕਸੈਪਟ ਵੀ ਕੀਤੀਆਂ ਹੋਣਗੀਆਂ। ਹਾਂਜੀ, ਅਤੇ ਇਹ ਆਪਾਂ ਗੱਲ ਕੀਤੀ ਕੋਈ ਪੈਸਿਆਂ ਦੇ ਰੂਪ 'ਚ ਕੋਈ ਸਨਮਾਨ ਦਿੰਦਾ ਆ, ਜੇ ਆਪਾਂ ਉੱਦਾਂ ਗੱਲ ਕਰੀਏ ਕਿ ਹਾਂ ਉਹਨਾਂ ਨੇ ਉਹਨਾਂ ਦੇ ਕੀਤੇ ਕੰਮਾਂ ਨੂੰ ਪਛਾਣਿਆ, ਸ਼ਲਾਘਾ ਕੀਤੀ, ਇਸ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਕਦਮ ਚੁੱਕਿਆ ਗਿਆ? ਸਰਕਾਰ ਦੀ ਜਗ੍ਹਾ ਮੈਂ ਕਹੂੰਗਾ ਜਿਹੜੀਆਂ ਲੋਕਲ ਜਥੇਬੰਦੀਆਂ ਸੀਗੀਆਂ, ਹਾਂਜੀ, ਜਿਵੇਂ ਦੇਸ਼ ਭਗਤ ਯਾਦਾਂ ਸੀ ਜਲੰਧਰ ਦੇ ਵਿੱਚ ਜੀ, ਰਾਈਟ, ਇਹਨਾਂ ਨੇ ਆਪਣਾ ਉਹਨਾਂ ਨੂੰ ਸੰਸਥਾਪਕ ਕੀਤਾ ਬਣਾਇਆ। ਲੇਕਿਨ ਇੰਡੀਆ ਦੀ ਜਗ੍ਹਾ ਮੈਂ ਕਹਿਣਾ ਚਾਹੂੰਗਾ ਕਿ ਜਿੱਥੇ ਜਿੱਥੇ ਵੀ ਇਹ ਪਹਿਲਾਂ ਗਏ ਸੀ, ਆਜ਼ਾਦੀ ਤੋਂ ਪਹਿਲਾਂ ਜਿੱਥੇ ਰਹੇ ਸੀ ਜਾਂ ਜਿੱਥੇ ਇਹਨਾਂ ਦੇ ਆਪਰੇਸ਼ਨ ਹੁੰਦੇ ਸੀਗੇ, ਹਾਂਜੀ, ਉਹਨਾਂ ਜਗ੍ਹਾ ਨੂੰ ਇਹਨਾਂ ਨੇ ਆਜ਼ਾਦੀ ਤੋਂ ਬਾਅਦ ਵਿਜ਼ਿਟ ਕੀਤਾ। ਉਹਨਾਂ ਜਗ੍ਹਾ 'ਚ ਮੇਨ ਜਿੱਦਾਂ ਨੈਰੋਬੀ ਹੈ, ਸੈਨ ਫਰਾਂਸਿਸਕੋ ਹੈ, ਵਿਕਟੋਰੀਆ, ਵੈਨਕੂਵਰ, ਹੋਨੋਲੂਲੂ, ਸ਼ੰਘਾਈ, ਸਿੰਗਾਪੁਰ, ਇਹਨਾਂ ਜਗ੍ਹਾ 'ਤੇ ਇਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਸਨਮਾਨਿਤ ਕੀਤਾ ਗਿਆ ਜੀ, ਪਰ ਹਾਲੇ ਵੀ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਪਿਕਚਰਸ ਦੇ ਫੋਰਮ ਦੇ ਵਿੱਚ ਮੇਰੇ ਕੋਲ ਅਵੇਲੇਬਲ ਹੈਗੀਆਂ ਘਰ, ਤੋ ਜਿਹੜੀਆਂ ਇਹਨਾਂ ਦੀਆਂ ਫੋਟੋਜ਼ ਮੇਰੇ ਖਿਆਲ 1914 ਔਨਵਰਡਸ ਦਾ ਜਿਹੜਾ ਖਜ਼ਾਨਾ ਹੈ ਉਹ ਕੋਸ਼ਿਸ਼ ਕਰ ਰਹੇ ਕਿ ਉਹਨੂੰ ਸੰਭਾਲਿਆ ਜਾਵੇ।
हाँ जी जरूर जी। तो आप हुण तक गल कीती एज ए फ्रीडम फाइटर भाई मुंशा सिंह दुखी जी इन्हां दी जिंदगी बारे, तो उन्हां दी शख्सियत का एक अनोखा रूप सी कि वह बहुत वधिया कवि सी। एज ए कवि उन्हां दीआं की एक्टिविटीज़ रहियां जां दूसरे कवियां नाल किद्दां उन्हां दा मिलनी रही, सारा कुछ दसो जी। हाँ जी, सो इहदे विच जिवें उह कहिंदे आ जिन्हां ने इन्हां दी कवितावां सुनियां होईआं ते जिन्हां दे मैं उन्हां दे रिएक्शन लोकां दे देखे भी है, हाँ जी, वो कहिंदे कि हाँ भी जिहड़ा खून दौड़दा आ उहदा लावा बन जांदा सीगा जदों इन्हां दी कविता सुणदे सी। एक तां उच्चे लंबे सोहणे सीगे और आवाज़ भी इन्हां दी बहुत अच्छी सी, इस करके जिहड़ा भी बंदा एक वारी इन्हां दी आवाज़ सुन लैंदा आ तो मतलब उहदा सुभाविक इक नाल चलना ही है उस जी। कुछ एग्जाम्पल और कुछ एग्जाम्पल्स भी मैं तुहानूं दे रहा इहदे विच, हाँ जी, नाल दी नाल इन्हां ने जिहड़ा दुनिया भर दे विच जिहड़ा पोलिटिकल सीन सीगा उहदे बारे भी जानकारी रखी हुई सी, ओह इन्हां दी कवितावां च स्पष्ट आउंदी पई है जी कि उन्हां ने सिखां नूं संबोधित करके किहा होया इह चीज़ कि कृष्ण वर्मा जा विच फ्रांस बैठे मैडम कामा दा करो ख्याल सिंगो बैठी मोचे वल मल फ्रांस अंदर रही लड़ फरंगिया नाल सिंगो डेपुटेशना नाल कुछ ना होवना जे हथी पकड़ लो तेग ते ढाल सिंगो। ये चीज़ उदों सीगी जदों संत तेजा सिंह दी अगवाई दे थले नवंबर दसंबर 1911 च हिंदुस्तानी दा चार मैंबर दी डेपुटेशन गया सी कनेडियन गवर्नमेंट दे कोल। हाँ जी, इन्होंने सीधा सीधा कह दिता कि हाँ भी यह डेपुटेशन या जो तुसीं आ धरने दिंदे आ कुछ भी चीज़ां हैगियां आ इन्हां दा कुछ नहीं मिलना, ठीक है। तो यह पहलां तों ही जिहड़ी इनकलाबी सोच सीगी और शहीद भगत सिंह या जिहड़े अगले शहीद होए आ, हाँ जी, ये अपने इन्हां ही बजुर्गां दीआं जिहड़ियां इस इनकलाबी सोच नाल काफ़ी प्रभावित हैगे आ, ठीक है। तो इन्हां दीआं कवितावां जे वेख्या जावे तो सारियां कवितावां दा मेन जिहड़ा एक थीम किसी हर एक कवि का होंगे इन्हों का मेन थीम किस से ज़्यादा लिखते थे इन्हों मेरे ख्याल जो आप की तीन चीज़ा जन मेन है जो मेरा पर्सनल अनालिसिस है। हाँ जी, तीन तरह दवितावान मेन सगिया, एक तो जोड़े सुते हुए उन्होंने जगा वाली जी उस उदा दिया बी रस भर देना या पूरी इनफॉर्मेशन पानी उस से। हाँ जी, फिर दूजे पासे इन्हां दा जिहड़ा पोलिटिकल या जिहड़ा सोशल साइड हैगा उहदे विच वी तुहानूं कवितावां मिलणगियां जी। और तीजा गुरबाणी दे रिलेटिड जिहड़ियां हैगियां कुछ पोर्शन उहदे वी रिलेटिड है लेकिन मैनूं बहुत ज़्यादा नहीं मिलिया, किताबां कुछ मैनूं आर्टिकल्स मिले इन्हां दे लेकिन मोस्टली इन्हां दा इनकलाबी सोच वालियां ही कवितावां मिलणगियां। ते उस टाइम दे होर वी बहुत उग्गे कवि होए आ उहनां नाल इन्हां दी की सांझ रही? हाँ जी, सो जिवें पहलां दस्सिया कि जो मैं घर अपने देख रहा सीगा चीज़ा जिहड़ियां लैंदियां हुई पंजाब तो, हाँ जी, तनी राम चात्रिक जी या जिहड़े गुरबख्श सिंह प्रीतलड़ी जी, हाँ जी, साधु सिंह हमदर्द जी, गुरमुख सिंह मुसाफिर, हीरा सिंह दर्द, सो जिहड़े मन्ने परमन्ने कवि हैगे सीगे उस वेले दे। हाँ जी, और ये सब सांझ दे विच जिहड़ियां चलदियां सीगियां और जित्थों तक मैनूं पता कि इन्हां ने एक मैगजीन भी शुरू कीती हुई सी जो कि उस वेले दे कॉन्टैम्पररी पोइट्स जिहड़े हुंदे सीगे उन्हां कवितावां नूं ओह पबलिश करदे सी, डिस्कस करदे सी, उन्हां दी आलोचना भी करदे सी और उन्हां नूं चीज़ां नूं होर भी अच्छे ढंग दे नाल किवें उन्हों पेश करना या लिखना जिवें मीटर या चाल जिहड़ी हुंदी है उहदे बारे इन्हां ने अपनी कमेंट्री करनी। सो उह जिहड़ियां चीज़ां उस वेले दे कवि काफ़ी एप्रीशिएट करदे सीगे और जिहड़ियां मैगजीन्स भी इन्होंने खोल छपवाइया जिहड़ियां कुछ किताबां भी लिखियां उहदे विच इन्हां नूं तुहानूं उहदी पूरी डिटेल मिल जाएगी, ठीक है जी। तो इस नाल ही आपां इंटरव्यू खत्म करते हैं जी, बहुत ही जानकारी भरपूर है गलबात रही कविराज सिंह दुखी जी ते अरविंद पाल सिंह जी नाल। बाबा भाई मुंशा सिंह दुखी जी उन्हां दे परिवार चों इह इत्थे जानकारी सांझी करना है गदर लहर बारे, गदरी बाबिआं बारे, तो उस टाइम दे फ्रीडम फाइटर जिहड़े इंडिया दे वी सी उन्हां बारे आपां गलबात कीती, उस टाइम दे कवियां बारे गलबात कीती। भाई मुंशा सिंह दुखी जी बहुत ही एक उग्गे कवि सी उस टाइम दे ते अपनियां इनकलाबी कवितावां नाल उस टाइम दे लोकां नूं जगाउंदे रहे। बहुत ही वधिया लगा इह गल करके, कविराज सिंह दुखी जी ते अरविंद पाल सिंह जी दा बहुत बहुत धन्नवाद साडे नाल इह इनफॉर्मेशन सांझी करन लई ते साडे स्टूडियो रेडियो आवाज़ च आउण लई।
ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਤੁਹਾਡਾ ਸਭ ਦਾ ਧੰਨਵਾਦ। You are listening Radio Awaaz, Winnipeg's very own 24-hour station. Spread love, keep exploring Radio Awaaz. Tusi sun rahe Radio Awaaz, Winnipeg da 24 ghante chalan wala station.